ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜ ਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਉਹ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਤੁਹਾਡੀ ਗੱਲਬਾਤ ਜਿਹੜੀ ਕਰਾਉਂਦੇ ਹਾਂ ਬਲਤੇਜ ਪੰਨੂ ਹੁਣਾਂ ਦੇ ਨਾਲ। ਸਾਡੇ ਨਾਲ ਪਟਿਆਲਾ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਧੰਨਵਾਦ ਜੀ, ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਤੇ ਸਾਨੂੰ ਦੱਸ ਦੀ ਜਾਈਏ ਸਰੋਤਿਆਂ ਨੂੰ ਵੀ ਅੱਜ ਦੇ ਸਾਡੇ ਪ੍ਰੋਗਰਾਮ ਖਬਰ 'ਤੇ ਨਜ਼ਰ ਆ, ਉਸ ਨੂੰ ਸਪੋਂਸਰ ਕੀਤਾ ਹੈ ਸੈਨੋਜ਼ੇ ਕੈਲੀਫੋਰਨੀਆ ਤੋਂ ਰਜਿੰਦਰ ਕੌਰ ਜੀ ਨੇ, ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ, ਅਤੇ ਕਰਮਪਾਲ ਸਿੰਘ ਜੀ ਅਤੇ ਜਸਜੀਤ ਕੌਰ ਜੀ ਨੇ ਕਲੋਵਿਸ ਕੈਲੀਫੋਰਨੀਆ ਤੋਂ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਦੇਣਾ ਚਾਹੁੰਦੇ ਹੋ, ਤਾਂ ਜ਼ਰੂਰ ਤੁਸੀਂ ਸੰਪਰਕ ਕਰ ਸਕਦੇ ਹੋ 408-722-7698 408-722-7698 ਦੇ ਉੱਤੇ। ਅਤੇ ਬਲਤੇਜ ਬੰਨੂ ਜੀ, ਆਪਾਂ ਆਪਣੀ ਗੱਲਬਾਤ ਆ ਜਿਹੜਾ ਉਸਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਜਿਹੜੀ ਇਹ ਜਨ ਧਨ ਯੋਜਨਾ ਆ, ਉਸ ਨੂੰ ਲੈ ਕੇ ਵੀ ਇਹ ਕੀ ਯੋਜਨਾ ਹੈਗੀ ਆ, ਅਤੇ ਨਾਲ ਇਹ ਕਿਹੜੀ ਖਬਰ ਆ ਰਹੀ ਆ ਵੀ ਬਾਦਲ ਹੁਣਾਂ ਨੇ ਹਮੇਸ਼ਾ ਦੀ ਤਰ੍ਹਾਂ ਸਾਈਕਲਾਂ ਦੇ ਉੱਤੇ ਫੋਟੋਆਂ ਲਾਉਣ ਤੋਂ ਬਾਅਦ 'ਚ, ਹੋਰ ਜਗ੍ਹਾ ਦੇ ਉੱਤੇ ਫੋਟੋਆਂ ਲਾਉਣ ਤੋਂ ਬਾਅਦ 'ਚ ਇਸ ਸਕੀਮ ਦੇ ਉੱਤੇ ਵੀ ਆਪਣੀ ਫੋਟੋ ਲਾ ਲਈ ਆ? ਐਕਚੁਲੀ ਇਹ ਜਿਹੜੀ ਸਕੀਮ ਹੈਗੀ ਹੈ ਜੀ, ਸੈਂਟਰ ਦੀ ਗੌਰਮੈਂਟ ਨੇ ਸ਼ੁਰੂ ਕੀਤੀ ਆ। 15 ਅਗਸਤ ਨੂੰ ਇਹਦਾ ਐਲਾਨ ਕੀਤਾ ਸੀ ਨਰਿੰਦਰ ਮੋਦੀ ਹੋਰਾਂ ਨੇ। ਇਹਦਾ ਨਾਮ ਰੱਖਿਆ ਗਿਆ ਜੀ ਜਨ ਧਨ। ਇਹਦੇ ਵਿੱਚ ਇਹ ਆ, ਜਿਹਦਾ ਕੋਈ ਅਕਾਊਂਟ ਨਹੀਂ ਹੈਗਾ ਉਹਦਾ ਵੀ ਅਕਾਊਂਟ ਜਿਹੜਾ ਜੀ ਖੁੱਲੂਗਾ ਬੈਂਕ ਦੇ ਵਿੱਚ। ਜਿਹੜੀ ਪਹਿਲਾਂ ਆਈ ਡੀ ਪਰੂਫ ਚਾਹੀਦਾ ਹੁੰਦਾ ਸੀਗਾ, ਉਹ ਪਿੰਡ ਦੇ ਸਰਪੰਚ ਜਾਂ ਐਮ ਸੀ ਤੋਂ ਲੈ ਕੇ ਜਿਹੜੀ ਇੱਕ ਲੈਟਰ ਆ ਉਹਦੇ ਉੱਤੇ ਹੀ ਖੁੱਲ ਜੂਗਾ ਜੀ, ਕਿਉਂਕਿ ਬਹੁਤ ਸਾਰੇ ਲੋਕ ਇਹਦੇ ਵੀ ਹੈਗੇ ਨੇ ਜਿਹਨਾਂ ਵਿਚਾਰਿਆਂ ਕੋਲੇ ਕੋਈ ਆਈ ਡੀ ਨਹੀਂ ਹੈਗੀ, ਜਿਹਦੇ ਕਰਕੇ ਉਹਨਾਂ ਦੀ ਕੋਈ ਅਕਾਊਂਟ ਨਹੀਂ ਖੁੱਲਦਾ, ਤੇ ਇਹ ਅਕਾਊਂਟ ਜਿਹੜਾ ਬਿਨਾਂ ਪੈਸੇ ਤੋਂ ਖੁੱਲੂਗਾ। ਇਹਦੇ ਨਾਲ ਇਹ ਹੋਊਗਾ ਜੀ ਕਿ ਇਹ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਨੇ, 1 ਲੱਖ ਰੁਪਈਆ ਉਹਨਾਂ ਦੀ ਜਿਹੜੀ ਆ ਜੀ ਇਹਦੇ ਵਿੱਚ ਇੰਸ਼ੋਰੈਂਸ ਹੋ ਜੂਗੀ ਜੀ, ਉਹਨਾਂ ਦੇ ਉੱਤੇ ਕੋਈ ਮਾੜੋ ਅਸਰ ਪੈਂਦਾ, ਜਿਹੜੀ ਕਿ ਇੱਕ ਬਹੁਤ ਚੰਗੀ ਸਕੀਮ ਕਹੀ ਜਾ ਸਕਦੀ ਹੈ ਜੀ ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕ ਨੇ। ਇੱਥੇ ਜਿਹੜੇ ਪਹਿਲੇ ਦਿਨ ਜਦੋਂ ਸੀਗਾ ਜੀ, 1 ਕਰੋੜ ਤੋਂ ਉੱਪਰ ਜਿਹੜੇ ਅਕਾਊਂਟ ਸੀਗੇ ਉਹ ਖੁੱਲ ਗਏ ਜੀ। ਬਾਦਲ ਸਾਹਿਬ ਨੇ ਹੁਣ ਤੱਕ ਐਂਬੂਲੈਂਸਾਂ ਦੇ ਉੱਤੇ ਆਪਣੀ ਫੋਟੋ ਲਾਈ ਸੀਗੀ, ਉਹਨਾਂ ਨੇ ਆਪਣੀ ਫੋਟੋ ਜਿਹੜੀ ਹੈ ਜੀ ਸਾਈਕਲਾਂ ਦੇ ਚੈਨ ਕਵਰ ਜਿਹੜੇ ਜੀ ਉਹਨਾਂ ਦੇ ਉੱਤੇ ਵੀ ਲਾਈ ਸੀਗੀ। ਤੋ ਹੁਣ ਇਹ ਜਿਹੜਾ ਕਾਰਡ ਆਇਆ ਜੀ ਨਵਾਂ, ਜਦੋਂ ਇੱਥੇ ਪੰਜਾਬ ਦੇ ਵਿੱਚ ਕਾਰਡ ਦੇ ਦਿੱਤੇ ਗਏ ਜੀ ਖਾਤੇ ਖੋਲ ਕੇ, ਉਹਦੇ ਉੱਤੇ ਫੋਟੋ ਜਿਹੜੀ ਸੀ ਉਹ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਆਪਣੀ ਖੇਪ ਦਿੱਤੀ ਜੀ ਜੀ। ਇਹਦਾ ਉਮੀਦ ਹੈ ਜੀ ਕਿ ਨੋਟਿਸ ਜਿਹੜਾ ਜੀ ਸੈਂਟਰ ਦੀ ਸਰਕਾਰ ਹੁਣ ਜ਼ਰੂਰ ਲਊਗੀ। ਉਦੋਂ ਐਂਬੂਲੈਂਸਾਂ ਵਾਲੇ ਮਾਮਲੇ ਦੇ ਵਿੱਚ ਬੇਸ਼ੱਕ ਨੋਟਿਸ ਲਿਆ ਗਿਆ ਸੀ, ਪਰ ਪੁੱਛਗਿੱਛ ਬਹੁਤੀ ਜਿਹੜੀ ਉਹ ਨਹੀਂ ਸੀ ਹੋਈ। ਪਤਾ ਨਹੀਂ ਇਹ ਜਿਹੜੀ ਭੁੱਖਾ ਨੇ ਜਿਹੜੀ ਸਮਾਂ ਉਹ ਕਿੱਥੇ ਜਾ ਕੇ ਮੁੱਕਣੀ ਹੈ, ਕਿੱਥੇ ਕਿੱਥੇ ਫੋਟੋਆਂ ਜਿਹੜੀਆਂ ਨੇ ਜੀ ਇਹਨਾਂ ਨੇ ਆਪਣੀਆਂ ਲਵਾਉਣੀਆਂ ਨੇ। ਮੇਰਾ ਖਿਆਲ ਜੇ ਸ਼ਮਸ਼ਾਨ ਘਾਟ ਦਾ ਉਦਘਾਟਨ ਕਰਾਉਣ ਲਈ ਇਹਨਾਂ ਨੂੰ ਸੱਦ ਲਿਆ ਜਾਵੇ ਤਾਂ ਉੱਥੇ ਵੀ ਲਵਾ ਲੈਣਗੇ ਫੋਟੋ ਜੀ, ਬਿਲਕੁਲ। ਪਰ ਮੁਸ਼ਕਿਲ ਹੋਊਗੀ ਵੀ ਹਰ ਸ਼ਮਸ਼ਾਨ ਘਾਟ ਦੇ ਵਿੱਚ ਕਿੱਦਾਂ ਜਾਣਗੇ ਆਪ ਇਹ ਸਾਰੇ ਜਾਣੇ। ਬਿਲਕੁਲ ਜੀ, ਇਹਦਾ ਟਿੱਪਣੀ, ਸੋਰੀ ਤੁਹਾਡੀ ਗੱਲ ਵਿੱਚ ਕੋਈ ਟਿੱਪਣੀ ਕਰ ਰਿਹਾ ਸੀ, ਕਹਿੰਦੇ ਜੀ ਉਹ ਬਾਦਲ ਸਾਹਿਬ ਤੋਂ ਮੁਰਗੀ ਖਾਨੇ ਦਾ ਉਦਘਾਟਨ ਕਰਾ ਲਿਆ, ਕਹਿੰਦੇ ਉੱਥੇ ਇੱਕ ਹੈ ਵੀ ਇਹ ਮੁਰਗੀਆਂ ਦਿਹਾੜੀ 2 ਅੰਡੇ ਦਿਆ ਕਰਨਗੀਆਂ। ਜੀ ਬਿਲਕੁਲ। ਅਤੇ ਆਪਾਂ ਜਿਹੜੀ ਜੀ ਗੱਲ ਕਰਦੇ ਹਾਂ ਹੁਣ, ਇਹ ਕਹਿੰਦੇ ਜਿੱਦਾਂ ਤੁਸੀਂ ਕਿਹਾ ਵੀ ਇਹ ਹੁਣ ਨੋਟਿਸ ਲੈ ਸਕਦੀ ਹੈ BJP, ਅਤੇ ਦੂਜੀ ਤਾਲਮੇਲ ਕਮੇਟੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਜਿਹੜੀ ਭਾਜਪਾ ਦੀ ਆ ਪੰਜਾਬ ਦੇ ਵਿੱਚ ਬਣੀ ਹੋਈ, ਉਹ ਕਹਿੰਦੇ ਮੁੜ ਵਿਚਾਰ ਕਰਨਗੇ। ਕੀ ਹੁਣ ਫੋਟੋਆਂ ਨੂੰ ਲੈ ਕੇ ਕੁਛ ਕਹਿਣਗੇ ਜਾਂ ਕੀ ਹੋ ਸਕਦਾ ਇਹਨਾਂ ਦਾ ਸਿਆਸੀ ਜਿਹੜਾ ਆ ਅੱਗੇ ਫਿਊਚਰ? ਜਿਹੜਾ ਜਿਹੜਾ ਹੈ ਨਾ ਜੀ, ਫਿਊਚਰ ਦੇ ਵਿੱਚ ਕਾਫੀ ਕੁਛ ਨਵਾਂ ਵੇਖਣ ਸੁਣਨ ਨੂੰ ਮਿਲੂਗਾ ਜੀ, ਕਿਉਂਕਿ ਹੁਣ ਤੱਕ ਤਾਂ ਪਹਿਲਾਂ ਤਾਲਮੇਲ ਕਮੇਟੀ ਜਿਹੜੀ ਉਹ ਬੈਠੀ ਨਹੀਂ ਸੀ, ਹੁਣ ਬੈਠੀ ਆ ਜੀ। ਬੈਠੀ ਪ੍ਰਕਾਸ਼ ਸਿੰਘ ਬਾਦਲ ਹੋਰੀ ਔਖੇ ਨੇ ਕਾਫੀ, ਖਾਸ ਤੌਰ ਦੇ ਉੱਤੇ ਜਿਹੜੇ ਪਰਮਦੀਪ ਸਿੰਘ ਗਿੱਲ ਹੋਰੀ ਜਦੋਂ ਦੇ BJP ਦੇ ਵਿੱਚ ਗਏ ਨੇ ਜੀ, ਇਹਦੀਆਂ ਵੀ ਜਿਹੜੀਆਂ ਕਨਸੋਆਂ ਆ ਰਹੀਆਂ ਨੇ, ਇਹ ਕਿਹਾ ਜਾ ਰਿਹਾ ਕਿ ਇਹ ਬੜੀ ਗਿਣੀ ਮਿੱਠੀ ਸੋਚ ਸਮਝ ਕੇ ਜਮਾ ਘਟਾਓ ਕਰਕੇ ਕੀਤੀ ਗਈ ਇੱਕ ਸਿਆਸੀ ਜਿਹੜੀ ਪਹਿਲ ਹੈ, ਜਿਹਦੇ ਵਿੱਚ ਪਰਮਦੀਪ ਸਿੰਘ ਗਿੱਲ ਉਹਨਾਂ ਨੂੰ ਬੇਸ਼ੱਕ ਜੰਮੂ ਕਸ਼ਮੀਰ ਦੇ ਵਿੱਚ ਸ਼ਾਮਿਲ ਕੀਤਾ ਗਿਆ, ਪਰ ਉਹਨਾਂ ਨੂੰ ਲੈ ਕੇ ਇਹਨਾਂ ਨੇ ਪੰਜਾਬ ਦੇ ਵਿੱਚ ਆਉਣਾ ਜੀ। ਇਹ ਵੀ ਖਬਰਾਂ ਆ ਰਹੀਆਂ ਨੇ ਕਿ ਜਿਹੜੀ ਮੋਹਨ ਭਾਗਵਤ ਤੇ ਜਿਹੜੇ ਬਿਆਸ ਡੇਰੇ ਵਾਲੇ ਮੁਖੀ ਨੇ ਉਹਨਾਂ ਦੇ ਵਿਚਾਲੇ ਜਿਹੜੀ ਮੀਟਿੰਗ ਹੋਈ ਸੀ ਨਾ, ਉਹਦੇ ਵਿੱਚ ਇਹ ਤੈਅ ਕੀਤਾ ਗਿਆ ਸੀ ਜੀ। ਬਾਦਲ ਸਾਹਿਬ ਇਸ ਕਰਕੇ ਇਹ ਤੋਂ ਕਾਫੀ ਔਖੇ ਜਿਹੜੇ ਆ ਉਹ ਜਾਪਦੇ ਆ। ਹੁਣ ਜਿਹੜੀ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ ਆ, ਉਹਦੇ ਵਿੱਚ ਸਰਕਾਰ ਦੇ ਕੁਝ ਫੈਸਲਿਆਂ ਦੇ ਉੱਤੇ ਦੁਬਾਰਾ ਤੋਂ ਗੌਰ ਕਰਨ ਦੇ ਵਾਸਤੇ ਸਹਿਮਤੀ ਜਿਹੜੀ ਆ ਜੀ ਉਹ ਬਣੀ ਆ ਜੀ ਜੀ। ਭਾਈਵਾਲਾਂ ਦੇ ਦਰਮਿਆਨ ਜਿਹੜੇ ਸ਼ੰਕੇ ਪੈਦਾ ਹੋ ਰਹੇ ਨੇ ਉਹਨਾਂ ਨੂੰ ਥੱਲਣ ਦਾ ਯਤਨ ਜਿਹੜਾ ਜੀ ਉਹ ਕੀਤਾ ਗਿਆ। ਮੀਟਿੰਗ ਦੇ ਵਿੱਚ ਪ੍ਰੋਪਰਟੀ ਟੈਕਸ, ਰੇਤਾ ਤੇ ਬਜਰੀ ਦੀਆਂ ਅਸਮਾਨ ਤੇ ਪਹੁੰਚੀਆਂ ਕੀਮਤਾਂ, ਵੈਟ ਦੇ ਲੋਕਾਂ ਦੇ ਉੱਤੇ ਪਏ ਬੋਝ,
ਕਲੋਨਾਈਜ਼ਰ ਤੇ ਐਨਓਸੀ ਜਿਹੜੇ ਨੇ ਜੀ ਇਹਨਾਂ ਮੁੱਦਿਆਂ ਦੇ ਉੱਤੇ ਕਾਫੀ ਗੱਲਬਾਤ ਜਿਹੜੀ ਆ ਜੀ ਉਹ ਕੀਤੀ ਗਈ ਆ। ਇਹ ਜਿਹੜੀ ਮੀਟਿੰਗ ਆ ਇਹ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਘਰ ਇੱਥੇ ਚੰਡੀਗੜ੍ਹ ਦੇ ਵਿੱਚ ਜਿਹੜੀ ਆ ਜੀ ਉਹ ਹੋਈ ਹੈ। ਇਹ ਵੀ ਪਤਾ ਲੱਗਾ ਹੈ ਕਿ ਜਿਹੜੀ ਬੀਜੇਪੀ ਹੈ ਉਹਦੇ ਤਿੱਖੇ ਜਿਹੜੇ ਤੇਵਰ ਨੇ ਉਹ ਇਹਦੇ ਵਿੱਚ ਰਹੇ ਨੇ ਇਸ ਮੀਟਿੰਗ ਦੇ ਵਿੱਚ, ਔਰ ਤਾਲਮੇਲ ਕਮੇਟੀ ਸਰਕਾਰੀ ਫੈਸਲਿਆਂ ਦੇ ਉੱਤੇ ਮੁੜ ਕੇ ਗੌਰ ਕਰਨ ਦੇ ਵਾਸਤੇ ਸਹਿਮਤ ਹੋਈ ਆ। ਐਕਚੁਅਲੀ ਜਿਹੜੀ ਇਹ ਤਾਲਮੇਲ ਕਮੇਟੀ ਬਣਦੀ ਆ ਨਾ ਇਹਦਾ ਨਾਮ ਜਿਹੜਾ ਟਾਲਮਟੋਲ ਕਮੇਟੀ ਹੁੰਦਾ ਕਿਉਂਕਿ ਹੁਣ ਮਾਮਲਾ ਟਾਲ ਦਿੱਤਾ ਗਿਆ ਇੱਕ ਵਾਰੀ ਜੀ, ਦੋ ਤਿੰਨ ਮਹੀਨੇ ਬਾਅਦ ਦੇਖਣਗੇ ਕਿ ਉਦੋਂ ਨਜ਼ਰਸਾਨੀ ਲਈ ਸਹਿਮਤ, ਨਜ਼ਰਸਾਨੀ ਕੌਣ ਕਰੂਗਾ, ਕਿਵੇਂ ਹੋਊਗੀ, ਕਿੰਨੇ ਚਿਰ ਚ ਹੋਊਗੀ, ਇਹਦੀ ਕੋਈ ਹੱਦਬੰਦੀ ਜਿਹੜੀ ਆ ਉਹ ਨਹੀਂ ਨਿਸ਼ਚਿਤ ਕੀਤੀ ਗਈ, ਜਿਹਦੇ ਤੋਂ ਲੱਗਦਾ ਕਿ ਟਾਲਮਟੋਲ ਕਮੇਟੀ ਹੈ ਵੀ। ਜੀ ਬਿਲਕੁਲ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਿਹੜੇ ਨਾਮਧਾਰੀ ਜਿਹੜਾ ਸੰਪਰਦਾ ਦਾ ਜਿਹੜਾ ਮਸਲਾ ਇਸ ਟਾਈਮ ਬਣਿਆ ਹੋਇਆ ਆ, ਉਸ ਦੀਆਂ ਇਹ ਰਿਪੋਰਟਾਂ ਮਿਲ ਰਹੀਆਂ ਜੀ ਵੀ ਖੂਨੀ ਟਕਰਾਵ ਜਿਹੜਾ ਉਹ ਹੋ ਸਕਦਾ ਆ। ਜੀ ਜਿਹੜਾ ਇਹ ਠਾਕੁਰ ਦਲੀਪ ਸਿੰਘ ਤੇ ਠਾਕੁਰ ਉਦੇ ਸਿੰਘ ਦੇ ਵਿਚਾਲੇ ਜਿਹੜਾ ਚੱਲਿਆ ਮਾਮਲਾ ਹੈ ਜੀ, ਇੱਥੇ ਜਿਹੜੀ ਸੰਪਰਦਾ ਦਾ ਮੁੱਖ ਗੇਟ ਹੈ ਭੈਣੀ ਸਾਹਿਬ ਦਾ, ਉੱਥੇ ਹੁਣ ਪਹਿਲਾਂ ਕਿਸੇ ਟਾਈਮ ਦੋ ਫੋਟੋਆਂ ਲੱਗੀਆਂ ਹੁੰਦੀਆਂ ਸੀਗੀਆਂ, ਠਾਕੁਰ ਉਦੇ ਸਿੰਘ ਦੀ ਤੇ ਠਾਕੁਰ ਦਲੀਪ ਸਿੰਘ ਦੀ। ਹੁਣ ਇੱਕ ਫੋਟੋ ਜਿਹੜੀ ਆ ਉਹ ਲਾ ਦਿੱਤੀ ਗਈ ਆ। ਠਾਕੁਰ ਉਦੇ ਸਿੰਘ ਜਿਹੜੇ ਨੇ ਉਹ ਗੱਦੀ ਸੰਭਾਲਣ ਤੋਂ ਬਾਅਦ ਦੋ ਧੜਿਆਂ ਦੇ ਵਿੱਚ ਵੰਡੀ ਗਈ ਆ ਇਹ ਨਾਮਧਾਰੀ ਸੰਪਰਦਾ। ਜੀ ਜੀ। ਜਿਹੜਾ ਜਿਹੜੇ ਠਾਕੁਰ ਉਦੇ ਸਿੰਘ ਨੇ ਉਹਨਾਂ ਕੋਲੇ ਗੱਦੀ ਆ ਗਈ, ਉਹ ਜਾਂ ਗੱਦੀ ਦੇ ਉੱਤੇ ਕਾਬਜ਼ ਹੋ ਗਏ, ਜਦੋਂ ਕਿ ਜਿਹੜਾ ਠਾਕੁਰ ਦਲੀਪ ਸਿੰਘ ਆ ਜੀ ਬਹੁਤੇ ਜਿਹੜੇ ਲੋਕ ਨੇ ਨਾਮਧਾਰੀ ਧੜੇ ਦੇ ਉਹ ਉਹਦੇ ਮਗਰ ਨੇ, ਲੋਕਾਂ ਦੇ ਪੱਖੋਂ ਉਹਦੇ ਕੋਲੇ ਜ਼ਿਆਦਾ ਉਹ ਸਟਰੋਂਗ ਆ ਜੀ, ਪਰ ਕਿਉਂਕਿ ਸਾਰਾ ਕੰਟਰੋਲ ਜਿਹੜਾ ਉਦੇ ਸਿੰਘ ਦੇ ਕੋਲੇ ਆ ਗਿਆ। ਜੀ ਹੁਣ ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਇੱਕ ਧੜਾ ਜਿਹੜਾ ਵੱਡਾ ਧੜਾ ਆ ਉਹ ਠਾਕੁਰ ਦਲੀਪ ਸਿੰਘ ਨੂੰ ਭੈਣੀ ਸਾਹਿਬ ਦੀ ਗੱਦੀ ਦੇ ਉੱਤੇ ਜਿਹੜਾ ਜੀ ਉਹ ਬਿਠਾਉਣਾ ਚਾਹੁੰਦਾ। ਠਾਕੁਰ ਉਦੇ ਸਿੰਘ ਜਿਹੜੇ ਇਸ ਮਾਮਲੇ ਦੇ ਉੱਤੇ ਮੰਨਦੇ ਨੇ, ਵਿਚਲਾ ਰਾਹ ਇੱਕ ਦਿਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਇਹਨਾਂ ਦੀ ਮਾਂ ਨੂੰ ਗੱਦੀ ਤੇ ਬਿਠਾ ਦਿਓ, ਪਰ ਉਹ ਵੀ ਮਾਮਲਾ ਕਿਸੇ ਸਿਰੇ ਨਹੀਂ ਚੜਿਆ। ਹੁਣ ਜਿਹੜੀਆਂ ਅੰਦਰੂਨੀ ਰਿਪੋਰਟਾਂ ਨੇ ਉਹ ਦੱਸਦੀਆਂ ਨੇ ਕਿ 16 ਸਪਤੰਬਰ ਨੂੰ ਇਹ ਮਸਲਾ ਜਿਹੜਾ ਜੀ ਭੱਖ ਸਕਦਾ ਹੈ, ਕਿਉਂਕਿ 16 ਸਪਤੰਬਰ ਨੂੰ ਭੈਣੀ ਸਾਹਿਬ ਦੇ ਵਿੱਚ ਲੱਗਦੇ ਅੱਸੂ ਦੇ ਮੇਲੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੈਰੋਕਾਰ ਨੇ ਇਸ ਡੇਰੇ ਦੇ ਉਹ ਪਹੁੰਚਦੇ ਨੇ, ਕਿਉਂਕਿ ਹੁਣ ਇਹ ਆਹਮੋ ਸਾਹਮਣੇ ਹੋ ਗਏ ਨੇ ਦੋਵੇਂ ਧੜੇ, ਤੇ ਖੂਨੀ ਟਕਰਾਅ ਜਿਹੜਾ ਜੀ ਇਹਨਾਂ ਦੇ ਵਿਚਾਲੇ ਹੋ ਸਕਦਾ ਹੈ। ਪਿੱਛੇ ਦੇ 3-4 ਦਿਨ ਪਹਿਲਾਂ ਪੁਲਿਸ ਨੇ ਰੋਕ ਲਿਆ, ਡਾਂਗਾ ਤੇ ਰੋੜੇ ਇੱਟਾਂ ਉਦਣ ਵੀ ਵਾਹਵਾ ਜਿਹੜੇ ਨੇ ਉਹ ਚੱਲੇ ਨੇ ਜੀ। ਸੋ ਇਹ ਜਿਹੜਾ ਵਿਵਾਦ ਆ ਜੀ ਅਸਲ ਦੇ ਵਿੱਚ ਵਿਵਾਦ ਤਾਂ ਪ੍ਰੋਪਰਟੀ ਦਾ ਹੀ ਆ ਜੀ, ਕੋਈ ਮੰਨੇ ਜਾਂ ਨਾ ਮੰਨੇ ਪੈਸਾ ਹੀ ਆ ਜੀ ਜਿਹਦੇ ਕਰਕੇ ਸਾਰਾ ਕੁਛ ਚੱਲੀ ਜਾਂਦਾ ਜੀ। ਕਹਿਣ ਨੂੰ ਭਾਵੇਂ ਕੋਈ ਕੁਛ ਕਹੀ ਚੱਲੇ, ਜੇ ਕਿਸੇ ਨੇ ਸੇਵਾ ਕਰਨੀ ਹੋਵੇ ਤੇ ਇੰਨਾ ਕੁਛ ਤਾਂ ਕੰਮ ਦੀ ਜ਼ਰੂਰਤ ਨਹੀਂ ਹੈ ਜੀ। ਨਹੀਂ ਬਿਲਕੁਲ ਜੀ, ਚੁੱਪ ਚੁਪੀਤੇ ਜਿਹੜੇ ਆ ਬਹੁਤ ਸੇਵਾ ਕਰਨ ਵਾਲੇ ਜਿਹੜੇ ਉਹ ਹੁੰਦੇ ਆ। ਅਗਲੀ ਆਪਾਂ ਗੱਲ ਕਰਦੇ ਵੀ ਕੱਲ ਆਪਾਂ ਗੱਲ ਕੀਤੀ ਸੀ ਭਾਜਪਾ ਤੇ ਹਜਕਾ ਦਾ ਜਿਹੜਾ ਨਾਤਾ ਆ ਟੁੱਟ ਸਕਦਾ, ਤੇ ਅੱਜ ਇਹ ਖਬਰਾਂ ਮਿਲ ਰਹੀਆਂ ਵੀ ਉਹਨਾਂ ਨੇ ਨਾਤਾ ਤੋੜ ਹੀ ਲਿਆ ਆ। ਤੋੜ ਲਿਆ ਜੀ, ਇਹ ਤੜਕ ਕਰਕੇ ਜਿਹੜੀ ਆ ਜੀ ਉਹ ਟੁੱਟ ਗਈ ਆ, ਔਰ ਜਿਹੜੀ ਹਰਿਆਣਾ ਜਨ ਹਿੱਤ ਕਾਂਗਰਸ ਹੈ ਜੀ ਉਹਨੇ ਨਾਤਾ ਜਿਹੜਾ ਬੀਜੇਪੀ ਦੇ ਨਾਲ ਉਹ ਤੋੜ ਲਿਆ, ਤੇ ਇੱਕ ਜਿਹੜੀ ਹੈਗੀ ਆ ਨਵੀਂ ਬਣੀ ਆ ਜੀ ਪਾਰਟੀ ਜਨ ਚੇਤਨਾ ਪਾਰਟੀ ਹਰਿਆਣੇ ਜੀ, ਜਨ ਚੇਤਨਾ ਪਾਰਟੀ ਉਹਦੇ ਨਾਲ ਜਿਹੜਾ ਜੀ ਨਾਤਾ ਜਿਹੜਾ ਜੀ ਉਹਨਾਂ ਨੇ ਜਨ ਹਿੱਤ ਕਾਂਗਰਸ ਦਾ ਜਿਹੜਾ ਨਾਤਾ ਜੀ ਉਹ ਹੁਣ ਜੁੜ ਗਿਆ ਜੀ। ਜੀ ਜਿਹੜੇ ਕੁਲਦੀਪ ਬਿਸ਼ਨੋਈ ਨੇ ਐਕਚੁਅਲੀ ਉਹਨਾਂ ਦੇ ਕੋਲੇ ਕੋਈ ਰਾਹ ਜਿਹੜਾ ਉਹ ਬਹੁਤਾ ਬਚਿਆ ਨਹੀਂ ਆ ਹੁਣ, ਤੇ ਉਹਨਾਂ ਨੇ ਕਰਨਾ ਕੀ ਆਉਣ ਵਾਲੇ ਸਮੇਂ ਦੇ ਦੌਰਾਨ, ਕਿਉਂਕਿ ਪਿਛਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਲੋਕਾਂ ਨੇ ਹੁੰਗਾਰਾ ਜਿਹੜਾ ਹਰਿਆਣਾ ਕਾਂਗਰਸ ਨੂੰ ਨਹੀਂ ਦਿੱਤਾ, ਤੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਕਿਵੇਂ ਸੋਚ ਸਕਦੇ ਆ ਕਿ ਉਹ ਕੋਈ ਬਹੁਤ ਵੱਡਾ ਕਰਿਸ਼ਮਾ ਕਰ ਦੇਣਗੇ, 3-4 ਸੀਟਾਂ ਤੋਂ ਵੱਧ ਲੱਗਦਾ ਨਹੀਂ ਕਿ ਉਹ ਕਿਸੇ ਜਗ੍ਹਾ ਜਾਣਗੇ। ਹਾਂ ਕੁਛ ਸੀਟਾਂ ਦੇ ਉੱਤੇ ਇਹ ਹੋ ਸਕਦਾ ਕਿ ਬੀਜੇਪੀ ਦੇ ਕੁਛ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਹਰਾਉਣ ਦੇ ਵਿੱਚ ਸਫਲ ਹੋ ਜਾਣ। ਬੀਜੇਪੀ ਸਮਝਦੀ ਆ ਕਿ ਹਰਿਆਣੇ ਦੇ ਵਿੱਚ ਉਹਦੀ ਇਸ ਵੇਲੇ ਬੱਲੇ ਬੱਲੇ ਆ, ਕਿਉਂਕਿ ਉਹਨੇ 7 ਸੀਟਾਂ ਜਿਹੜੀਆਂ ਜਿੱਤੀਆਂ ਨੇ ਲੋਕ ਸਭਾ ਦੀਆਂ, ਇਸ ਕਰਕੇ ਉਹ ਇੰਡੀਪੈਂਡੈਂਟ ਤੌਰ ਦੇ ਉੱਤੇ ਜਿਹੜਾ ਜੀ ਉਹ ਲੜਨਾ ਚਾਹੁੰਦੀ ਆ। ਇਹ ਸਾਰੇ ਜਿਹੜਾ ਸੀਗਾ ਜੀ ਇਹਦੇ ਵਿੱਚੋਂ ਚਾਂਦ ਮੁਹੰਮਦ ਕਿਤੇ ਗਾਇਬ ਨੇ ਜੀ, ਉਹ ਪਤਾ ਨਹੀਂ ਕਿੱਥੇ ਚਲੇ ਗਏ। ਜੀ 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 ਬਿਲਕੁਲ। ਅਤੇ ਮੈਂ ਵੈਸੇ ਨਾਲ ਜਿਹੜਾ ਜੀ ਕਹਿ ਦਿੰਦੇ ਵੀ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਆ ਹੁੱਡਾ ਹੁਣਾਂ ਨੇ ਜਿਹੜੀ ਧਨ ਯੋਜਨਾ ਜਨ ਧਨ ਯੋਜਨਾ ਉਸ ਦੇ ਉੱਤੇ ਜਿਹੜਾ ਬਿਆਨ ਇਹ ਦਿੱਤਾ ਵੀ ਹਰਿਆਣੇ ਦਾ ਪਹਿਲਾਂ ਹੀ ਜਿਹੜਾ 90% ਲੋਕਾਂ ਦੇ ਕੋਲ ਉਹ ਹੈਗੇ ਆ ਜੀ ਖਾਤੇ ਹੈਗੇ ਆ, ਸੋ ਅਜੇ ਵੀ ਜਿਹੜੀ ਉਹ ਹੂਟਿੰਗ ਹੋਈ ਆ ਉਸਦਾ ਗੁੱਸਾ ਜਿਹੜਾ ਉਹ ਜ਼ਾਹਰ ਕਰ ਰਹੇ ਆ ਕਿਤੇ ਨਾ ਕਿਤੇ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਭਾਰਤ ਪਾਕ ਸੰਬੰਧਾਂ ਨੂੰ ਲੈ ਕੇ ਪਾਕਿਸਤਾਨ ਦੇ ਨਾਲ, ਜਿਹੜੇ ਰੇਂਜਰ ਆ ਜਿਹੜੇ ਵਾਹਗਾ ਬਾਰਡਰ ਦੇ ਉੱਤੇ ਹੁੰਦੇ ਸੀ, ਕਹਿੰਦੇ ਜੀ ਉਹ ਕਾਫੀ ਹੁਣ ਗੁੱਸੇ ਦੇ ਵਿੱਚ ਆਏ ਹੋਏ ਆ। ਪਿਛਲੇ ਦਿਨਾਂ ਦੇ ਵਿੱਚ ਕੋਈ ਮੀਟਿੰਗ ਵੀ ਹੋਈ ਸੀ ਇਹਨਾਂ ਦੀ, ਫਲੈਗ ਮੀਟਿੰਗ, ਉਸ ਦਾ ਕੀ ਬਣਿਆ?
ਜੇ ਕਿਸੇ ਨੇ ਜਿਹੜੀ ਇਹ ਰਿਟਰੀਟ ਸੈਰਾਮਨੀ ਹੈ ਨਾ ਜਿਹੜੀ ਝੰਡਾ ਉਤਾਰਨ ਵਾਲੀ ਹੈ ਜੀ, ਜੇ ਦੇਖੀ ਹੋਵੇ ਤਾਂ ਉੱਥੇ ਇਹ ਦੇਖਣ ਵਾਲਾ ਹੁੰਦਾ ਜੀ ਇਹਨਾਂ ਦਾ ਜਿਹੜਾ ਗੁੱਸਾ, ਜਿਵੇਂ ਗੇਟ ਨੂੰ ਇਹ ਮਾਰਦੇ ਨੇ ਜਾਂ ਜਿਵੇਂ ਪੈਰ ਜਿਹੜੇ ਨੇ ਉਹ ਮਾਰਦੇ ਨੇ। ਪਰ ਪਿਛਲੇ ਕੁਛ ਸਮੇਂ ਤੋਂ ਜਦੋਂ ਭਾਰਤ ਪਾਕਿਸਤਾਨ ਦੀ ਗੱਲਬਾਤ ਆਪਸ ਦੇ ਵਿਚਾਲੇ ਤੁਰੀ ਸੀ ਤਾਂ ਉਦੋਂ ਇਹਦੇ ਵਿੱਚ ਇਹ ਵੀ ਗੱਲ ਉਠਾਈ ਗਈ ਸੀ ਕਿ ਜਿਹੜੇ ਭਾਰਤ ਤੇ ਪਾਕਿਸਤਾਨ ਦੇ ਰੇਂਜਰ ਨੇ ਜਿਹੜੇ ਇੱਕ ਦੂਜੇ ਨੂੰ ਇਹ ਇੰਨੇ ਗੁੱਸੇ ਦੇ ਨਾਲ ਦੇਖਦੇ ਨੇ, ਇਹਨਾਂ ਦੀਆਂ ਤਿਊੜੀਆਂ ਜਿਹੜੀਆਂ ਨੇ ਉਹ ਘਟਾਈਆਂ ਜਾਣ। ਜੀ ਜੀ, ਉਹ ਤਿਊੜੀਆਂ ਜਿਹੜੀਆਂ ਘੱਟ ਗਈਆਂ ਸੀਗੀਆਂ ਜੀ, ਫਿਰ ਇਹ ਆਰਾਮ ਦੇ ਨਾਲ ਸਾਰਾ ਕੁਛ ਕਰਨ ਲੱਗ ਗਏ ਸੀ। ਹੁਣ ਦੁਬਾਰਾ ਫਿਰ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜਿਹੜੀ ਠਾਹ ਠੂ ਹੋ ਰਹੀ ਆ ਉਹਦਾ ਅਸਰ ਇਹਨਾਂ ਰੇਂਜਰ ਦੇ ਉੱਤੇ ਇਹਨਾਂ ਦੇ ਚਿਹਰਿਆਂ ਦੇ ਉੱਤੇ ਫਿਰ ਵੇਖਣ ਨੂੰ ਜਿਹੜਾ ਜੀ ਉਹ ਮਿਲ ਰਿਹਾ। ਉਸੇ ਤਰੀਕੇ ਦੇ ਨਾਲ ਹੁਣ ਇਹ ਇੱਕ ਦੂਜੇ ਨੂੰ ਜਿਹੜਾ ਜੀ ਖਾ ਜਾਣ ਵਾਲੀਆਂ ਨਜ਼ਰਾਂ ਦੇ ਨਾਲ ਦੇਖਣ ਲੱਗੇ ਨੇ, ਓਦਾਂ ਹੀ ਬੂਟ ਜਿਹੜੇ ਨੇ ਫਿਰ ਜ਼ੋਰ ਜ਼ੋਰ ਦੀ ਮਾਰਨ ਲੱਗੇ ਨੇ, ਓਦਾਂ ਹੀ ਗੇਟ ਜਿਹੜਾ ਦੀ ਮਾਰਨ ਲੱਗੇ ਨੇ। ਇਹਨਾਂ ਨੂੰ ਵੇਖ ਕੇ ਤਾਂ ਏਦਾਂ ਲੱਗਦਾ ਹੁੰਦਾ ਕਈ ਵਾਰੀ ਵੀ ਹੁਣ ਵੀ ਇਹਨਾਂ ਨੂੰ ਹਾਰਟ ਅਟੈਕ ਹੋਇਆ, ਹੁਣ ਵੀ ਹੋਇਆ, ਇਹ ਪਤਾ ਨੀ ਇਹ ਜਿਹੜਾ ਜ਼ਿਆਦਾ ਇਹਦੇ ਵਿੱਚ ਡਰਾਮਾ ਹੈ ਜਾਂ ਰੀਅਲ ਹੈ। ਪਰ ਇਹ ਜਿਹੜੇ ਭਾਰਤ ਤੇ ਪਾਕਿਸਤਾਨ ਦੇ ਕਿਹੋ ਜਿਹੇ ਸੰਬੰਧ ਹੁੰਦੇ ਨੇ ਇਹਦੇ ਵਾਸਤੇ ਜਿਹੜੇ ਰੇਂਜਰ ਨੇ ਜੀ ਉਹਨਾਂ ਦੇ ਚਿਹਰੇ ਪੜ੍ਹੇ ਜਾ ਸਕਦੇ ਨੇ ਜਿਹੜੇ ਕਿ ਇਸ ਵੇਲੇ ਬੜੇ ਗੁੱਸੇ ਦੇ ਵਿੱਚ ਨੇ ਜੀ ਦੋਵੇਂ ਪਾਸੇ। ਜੀ ਜੀ ਜੀ, ਅਗਲੀ ਗੱਲ ਕਰਦੇ ਹਾਂ ਆਪਾਂ ਆਸ਼ੂਤੋਸ਼ ਦੀ, ਜਿਸ ਨੂੰ ਕਹਿੰਦੇ ਜੀ ਮਰੇ ਹੋਏ ਤਾਂ ਬਹੁਤ ਚਿਰ ਹੋ ਗਿਆ ਆ ਪਰ ਅਜੇ ਵੀ ਉਸ ਨੂੰ ਸਿਕਿਉਰਿਟੀ ਦਿੱਤੀ ਹੋਈ ਆ, ਹੁਣ ਕਿਸ ਕੰਮ ਲਈ ਉਹਦੀ ਸਿਕਿਉਰਿਟੀ ਚੱਲ ਰਹੀ ਆ ਜੀ? ਇਹ ਨੀ ਪਤਾ ਜੀ ਕਾਹਦੇ ਲਈ ਦਿੱਤੀ ਗਈ ਆ। ਹੁਣ ਜਿਹੜੀ ਪੰਜਾਬ ਦੀ ਸਰਕਾਰ ਹੈ ਇਹਦੀ ਖਿਚਾਈ ਤਾਂ ਬਹੁਤ ਕੀਤੀ ਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਜੀ। ਉਹਨੇ ਇਹ ਕਿਹਾ ਕਿ ਤੁਸੀਂ ਤਮਾਸ਼ਾ ਕਿਉਂ ਦੇਖ ਰਹੇ ਹੋ। ਉਹਨੇ ਕਿਹਾ ਕਿ ਕਿੱਦਾਂ ਹੋ ਸਕਦਾ, ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਕਿਸੇ ਬੰਦੇ ਨੂੰ ਇੰਨੇ ਮਹੀਨੇ ਹੋ ਗਏ ਫਰੀਜ਼ਰ ਚ ਪਾ ਕੇ ਰੱਖਿਆ ਹੋਇਆ ਤੇ ਉਹਦਾ ਸੰਸਕਾਰ ਨੀ ਕੀਤਾ। ਸਰਕਾਰ ਨੇ ਜਵਾਬ ਇਹ ਦਿੱਤਾ ਜੀ ਕਿ ਉੱਥੇ ਭਾਵਨਾਵਾਂ ਜਿਹੜੀਆਂ ਉਹ ਭੜਕ ਸਕਦੀਆਂ ਨੇ। ਹਾਈ ਕੋਰਟ ਨੇ ਕਿਹਾ ਇਹਦੇ ਚ ਭਾਵਨਾਵਾਂ ਜਿਹੜੀਆਂ ਕਿੱਥੋਂ ਆ ਗਈਆਂ? ਇਹ ਭਾਵਨਾਵਾਂ ਦੀ ਉਹਨੇ ਕਿਹਾ ਕਿ ਸਰਕਾਰ ਨੂੰ ਪਰਵਾਹ ਨਹੀਂ ਸੀ ਕਰਨੀ ਚਾਹੀਦੀ। ਪੰਜਾਬ ਸਰਕਾਰ ਨੇ ਟਾਈਮ ਮੰਗਿਆ ਸੀ, ਪੰਜਾਬ ਹਰਿਆਣਾ ਹਾਈ ਕੋਰਟ ਨੇ ਦੇਣ ਤੋਂ ਨਾ ਕਰਤੀ ਹੈ। ਇਹ ਕਿਹਾ ਕੋਈ ਟਾਈਮ ਨਹੀਂ ਦਿੱਤਾ ਜਾਊਗਾ, 2 ਸਪਤੰਬਰ ਤੱਕ ਇਹਦੇ ਸੰਬੰਧ ਦੇ ਵਿੱਚ ਆ ਕੇ ਦੱਸੋ ਕਿ ਉਹ ਬੰਦਾ ਫੂਕਤਾ ਕਿ ਨਹੀਂ। ਜਿਹੜਾ ਦਲੀਪ ਕੁਮਾਰ ਝਾਅ ਹੈ ਜਿਹੜਾ ਆਸ਼ੂਤੋਸ਼ ਦਾ ਮੁੰਡਾ, ਉਹ ਐਕਚੁਲੀ ਉਹਨੇ ਜਿਹੜਾ ਕੱਲ ਮੇਰੀ ਗੱਲ ਹੋਈ ਸੀਗੀ ਪੂਰਨ ਸਿੰਘ ਹੋਰਾਂ ਦੇ ਨਾਲ, ਉਹਨਾਂ ਦੇ ਨਾਲ ਸੀ ਉਦੋਂ ਦਲੀਪ ਕੁਮਾਰ ਝਾਅ ਜਿਹੜਾ ਪੂਰਨ ਸਿੰਘ ਸਾਬਕਾ ਡਰਾਈਵਰ ਆ ਆਸ਼ੂਤੋਸ਼ ਦਾ, ਉਹਦੇ ਨਾਲ ਮੈਂ ਗੱਲ ਕੀਤੀ ਸੀਗੀ। ਦਲੀਪ ਕੁਮਾਰ ਝਾਅ ਇਹ ਕਹਿੰਦਾ ਜੀ, ਕਹਿੰਦਾ ਅਸਲ ਦੇ ਵਿੱਚ ਜਿਹੜੇ ਮੇਰੇ ਪਿਓ ਦੀ ਮੌਤ ਦਾ ਕਾਰਨ ਇਹ ਬਣਿਆ ਕਿ ਉਹ ਮੇਰੇ ਨੇੜੇ ਆ ਗਿਆ ਸੀ। ਜੀ ਜੀ, ਮੇਰੀ ਉਹਦੇ ਨਾਲ ਲਗਾਤਾਰ ਗੱਲਬਾਤ ਜਿਹੜੀ ਹੁੰਦੀ ਸੀਗੀ ਤੇ ਉਹਨੇ ਮੇਰਾ ਨੰਬਰ ਜਿਹੜਾ ਸੀਗਾ ਹਰੀ ਓਮ ਦੇ ਨਾਂ ਦੇ ਉੱਤੇ ਫੀਡ ਕੀਤਾ ਹੋਇਆ ਸੀਗਾ। ਉਹ ਕਹਿੰਦਾ ਜਿਹੜੀ ਡੇਰੇ ਨੂੰ ਕਮੇਟੀ ਚਲਾਉਂਦੀ ਆ ਉਹਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀਗਾ ਕਿ ਆਸ਼ੂਤੋਸ਼ ਜਿਹੜਾ ਉਹਦਾ ਮੁੰਡਾ ਵੀ ਹੈਗਾ। ਇਹ ਪਹਿਲਾਂ ਝੂਠ ਬੋਲਦਾ ਰਿਹਾ ਕਿ ਉਹ ਜਿਹੜਾ ਜੱਟੀ ਸੱਤੀ ਆ, ਤੇ ਦੂਜਾ ਉਹਨੇ ਕਿਹਾ ਕਿ ਉਹਨਾਂ ਨੂੰ ਇਹ ਲੱਗਿਆ ਕਿ ਅੱਗੋਂ ਆਸ਼ੂਤੋਸ਼ ਜਿਹੜਾ ਜੀ ਇਹ ਸਾਰਾ ਕੁਛ ਦੇ ਦਊਗਾ ਆਪਣੇ ਮੁੰਡੇ ਨੂੰ ਜਿਹੜੇ ਦੀ ਜਿੰਨੀ ਪ੍ਰੋਪਰਟੀ ਆ, ਜਿਹਦੇ ਕਰਕੇ ਉਹਨੇ ਸਿੱਧੇ ਰੂਪ ਦੇ ਵਿੱਚ ਇਹ ਕਿਹਾ ਕਿ ਇਹ ਨੈਚੁਰਲ ਡੈਥ ਨਹੀਂ ਹੈ ਆਸ਼ੂਤੋਸ਼ ਦੀ। ਉਹਨੇ ਤਾਂ ਸਿੱਧਮ ਸਿੱਧਾ ਹਾਈ ਕੋਰਟ ਦੇ ਵਿੱਚ ਵੀ ਇਹ ਬਿਆਨ ਦਿੱਤਾ ਕਿ ਇਹ ਕਤਲ ਹੈ, ਇਹਦੀ ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਆ। ਹੁਣ ਜ਼ੈਡ ਸੁਰੱਖਿਆ ਵਾਲੇ ਮਾਮਲੇ ਦੇ ਉੱਤੇ ਵੀ ਜਿਹੜਾ ਜੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਪੁੱਛਿਆ ਕਿ ਇੱਕ ਪਾਸੇ ਤੁਸੀਂ ਰਿਪੋਰਟ ਜਿਹੜੀ ਲਵਾ ਰਹੇ ਹੋ ਡਾਕਟਰਾਂ ਤੋਂ ਕਰਾ ਕੇ ਕਿ ਕਲੀਨਿਕਲੀ ਉਹਦੀ ਡੈਥ ਹੋ ਚੁੱਕੀ ਆ, ਫਿਰ ਇਹ ਸਿਕਿਉਰਿਟੀ ਕਿਹਨੂੰ ਦਿੱਤੀ ਹੋਈ ਆ? ਜੀ, ਕੋਈ ਪੁੱਛ ਰਿਹਾ ਸੀਗਾ ਕਿ ਮੁਰਦਿਆਂ ਨੂੰ ਸਿਕਿਉਰਿਟੀ ਕਿੱਦਾਂ ਦਿੱਤੀ ਜਾ ਸਕਦੀ। ਮੈਂ ਕਿਹਾ ਸਿਕਿਉਰਿਟੀ ਲੈਂਦੇ ਹੀ ਮੁਰਦੇ ਨੇ, ਜਿਹੜਾ ਜਿਉਂਦਾ ਬੰਦਾ ਹੁੰਦਾ ਉਹਨੂੰ ਸਿਕਿਉਰਿਟੀ ਲੈਣ ਦੀ ਕੀ ਲੋੜ ਹੈ? ਬਿਲਕੁਲ ਬਿਲਕੁਲ, ਇਸ 'ਚ ਕੋਈ ਦੋ ਰਾਏ ਨਹੀਂ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਬਿਕਰਮ ਸਿੰਘ ਦੇ, ਜਿਹੜੇ ਆਪਾਂ ਕੇਸ ਨੂੰ ਲੈ ਕੇ ਮਨੁੱਖੀ ਅਧਿਕਾਰਾਂ ਦੇ ਜਿਹੜੇ ਕੋਲ ਆ ਬਹੁਤ ਸਾਰੀਆਂ ਈਮੇਲਾਂ ਜਾ ਰਹੀਆਂ, ਕਾਲਾਂ ਜਾ ਰਹੀਆਂ, ਉਹਨਾਂ ਨੂੰ ਜਿਹੜਾ ਜੀ ਕਹਿ ਰਹੇ ਨੇ ਵੀ ਇਸ ਕੇਸ ਦੇ ਬਾਰੇ ਸੋਚੋ, ਇਸ ਮੁੰਡੇ ਦੇ ਨਾਲ ਕਿੰਨਾ ਜਿਹੜਾ ਧੱਕਾ ਹੋ ਰਿਹਾ ਆ, ਪਰ ਉਹ ਚੁੱਪ ਵੱਟੀ ਬੈਠੇ ਨੇ। ਇਹ ਪਿੱਛੇ ਜੇ ਮੈਂ ਪਾਇਆ ਸੀਗਾ ਜੀ, ਮੈਨੂੰ ਯਾਦ ਆ ਪੰਜਾਬੀ ਰੇਡੀਓ ਦੇ ਉੱਤੇ ਮੈਂ ਸਾਂਝਾ ਕੀਤਾ ਸੀਗਾ ਕਿ ਕਮਿਸ਼ਨ ਨੂੰ ਜੇਕਰ ਈਮੇਲ ਜਿਹੜੀਆਂ ਨੇ ਉਹ ਲਿਖੀਆਂ ਜਾਣ। ਜੀ, ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਈਮੇਲ ਨੇ ਜੀ ਉਹ ਕਮਿਸ਼ਨ ਦੇ ਕੋਲੇ ਗਈਆਂ ਨੇ। ਪਹਿਲੀ ਗੱਲ ਦੀ ਧੰਨਵਾਦ ਜਿਹੜੇ ਲੋਕਾਂ ਨੇ ਇਹ ਈਮੇਲ ਕੀਤੀਆਂ ਨੇ, ਕਿਉਂਕਿ ਇਹ ਮਨੁੱਖੀ ਅਧਿਕਾਰਾਂ ਦੇ ਨਾਲ ਜੁੜਿਆ ਹੋਇਆ ਮਸਲਾ। ਫਿਰ ਕਹਿ ਦਈਏ ਕਿ ਜੁੱਤੀ ਸੁੱਟਣ ਦਾ ਤਰੀਕਾ ਜਿਹੜਾ ਸੀ ਉਹ ਗਲਤ ਹੋ ਸਕਦਾ, ਜੁੱਤੀ ਸੁੱਟਣੀ ਗਲਤ ਹੋ ਸਕਦੀ ਆ, ਪਰ ਰੋਸ ਤਾਂ ਜਿਹੜਾ ਉਹ ਜ਼ਾਹਰ ਕੀਤਾ ਜਾ ਸਕਦਾ ਜੀ। ਉਸ ਬੰਦੇ ਨੇ ਜੁੱਤੀ ਕਿਸੇ ਦੇ ਮਾਰੀ ਨਹੀਂ ਹੈ, ਉਹਨੇ ਕਿਹਾ ਕਿ ਮੈਂ ਅਹੁਦੇ ਦੇ ਉੱਤੇ ਜੁੱਤੀ ਜਿਹੜੀ ਆ ਉਹ ਸੁੱਟੀ ਆ। ਜਿਹੜੀ ਪੁਲਿਸ ਹੈ ਜੀ, ਜਿਵੇਂ ਉਹਨੇ ਵਿਕਰਮ ਨੂੰ ਫਸਾ ਲਿਆ ਕਿ ਉਹਨੇ ਪੁਲਿਸ ਦੀ ਵਰਦੀ ਪਾੜੀ ਆ, ਪੁਲਿਸ ਤੇ ਹਮਲਾ ਕੀਤਾ, ਇੰਨੀ ਵੱਡੀ ਗਿਣਤੀ ਦੇ ਵਿੱਚ ਉੱਥੇ ਪੁਲਿਸ ਸੀਗੀ, ਲੋਕਾਂ ਦੇ ਸਾਹਮਣੇ ਨਾ ਕਿਸੇ ਦੀ ਵਰਦੀ ਪਾੜੀ ਗਈ ਨਾ ਕਿਸੇ ਦੇ ਉੱਤੇ ਉਹਨੇ ਹਮਲਾ ਕੀਤਾ, ਉਹਦਾ ਤਾਂ ਬਿਆਨ ਬੜਾ ਸਪਸ਼ਟ ਹੈ।
ਜੁੱਤੀ ਮਾਰਨੀ ਨੀ ਸੀ ਚਾਹੁੰਦਾ, ਮਾਰਨੀ ਚਾਹੁੰਦਾ ਤੇ ਮਾਰ ਸਕਦਾ ਸੀ, ਪਰ ਕਹਿੰਦਾ ਮੈਂ ਜੁੱਤੀ ਸੁੱਟ ਕੇ ਰੋਸ ਜਿਹੜਾ ਜੀ ਉਹ ਜ਼ਾਹਿਰ ਕੀਤਾ, ਇੰਨਾ ਹੀ ਮੇਰਾ ਜਿਹੜਾ ਕੰਮ ਸੀਗਾ। ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ ਜੀ ਇਹ ਇਹਨਾਂ ਈਮੇਲ ਨੂੰ ਦੱਬ ਕੇ ਬਹਿ ਗਿਆ, ਨਾ ਤਾਂ ਇਹ ਈਮੇਲ ਦਾ ਕੋਈ ਜ਼ਿਕਰ ਕਰ ਰਿਹਾ, ਨਾ ਜਿਹੜੀਆਂ ਪਟੀਸ਼ਨਾਂ ਨੇ, ਤਿੰਨ ਦਰਜਨ ਜਨਹਿਤ ਪਟੀਸ਼ਨਾਂ ਦਾਇਰ ਹੋ ਚੁੱਕੀਆਂ ਜੀ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਲੇ, ਕਿ ਵਿਕਰਮ ਜਿਹੜਾ ਜੀ ਉਹਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਣਾ ਚਾਹੀਦਾ, ਉਹਦੇ ਸਾਥੀਆਂ ਨੂੰ ਬਿਨਾਂ ਸ਼ਰਤ ਜਿਹੜਾ ਜੀ ਉਹ ਰਿਹਾਅ ਕੀਤਾ ਜਾਣਾ ਚਾਹੀਦਾ। 33 ਹੋਰ ਅਰਜ਼ੀਆਂ ਜਿਹੜੀਆਂ ਮਿਲੀਆਂ ਨੇ ਜੀ, ਜਿਹਦੇ ਵਿੱਚ ਇਹ ਡਿਟੇਲ ਦੱਸੀ ਗਈ ਆ ਕਿ ਇਸ ਮੁੰਡੇ ਨੂੰ ਛੇਤੀ ਰਿਹਾਅ ਕਰੋ, ਨਹੀਂ ਤਾਂ ਲੋਕਾਂ ਦੇ ਵਿੱਚ ਜਿਹੜਾ ਰੋਹ ਹੈ ਉਹ ਦਿਨੋ ਦਿਨ ਵੱਧਦਾ ਜਾ ਰਿਹਾ। ਔਰ ਇਹ ਵੀ ਪਤਾ ਲੱਗਿਆ ਜੀ ਕਿ ਕੱਲ੍ਹ ਨੂੰ ਧਨੌਲਾ ਜਿੱਥੋਂ ਦਾ ਵਿਕਰਮ ਹੈ ਉੱਥੇ ਕੈਂਡਲ ਮਾਰਚ ਜਿਹੜਾ ਜੀ ਉਹਦਾ ਆਯੋਜਨ ਕੀਤਾ ਗਿਆ 7 ਵਜੇ, ਜਿੱਥੇ ਲੋਕ ਸੁਣਦੇ ਜੀ ਜੇ ਕੋਈ ਇਸ ਏਰੀਏ ਦੇ ਹੈ ਨੇ ਬਰਨਾਲਾ ਸੰਗਰੂਰ ਧਨੌਲਾ ਵਾਲੇ ਏਰੀਏ ਦੇ, ਤੋਂ ਆਪਣੇ ਜਿਹੜੇ ਸਾਥੀ ਨੇ ਜੀ ਉਹਨਾਂ ਨੂੰ ਜ਼ਰੂਰ ਇਹ ਕਹਿਣ ਕਿ ਉਹ ਇਸ ਮੁੰਡੇ ਦੇ ਵਾਸਤੇ, ਇਹਨਾਂ ਮੁੰਡਿਆਂ ਦੇ ਵਾਸਤੇ ਜੀ, ਤਾਂ ਕਿ ਇਹਨਾਂ ਦੀ ਰਿਹਾਈ ਕਰਵਾਈ ਜਾ ਸਕੇ। ਇਹ ਕ੍ਰਿਮੀਨਲ ਨਹੀਂ ਹੈਗੇ ਜੀ ਮੁੰਡੇ, ਸਿਰਫ ਬੇਰੁਜ਼ਗਾਰ ਨੇ, ਉਹਨਾਂ ਨੇ ਆਪਣੀ ਜਿਹੜੀ ਗੱਲ ਆ ਉਹ ਪਹੁੰਚਾਉਣ ਦੇ ਵਾਸਤੇ ਰੋਸ ਦਾ ਇਹ ਤਰੀਕਾ ਅਖਤਿਆਰ ਕੀਤਾ। ਪੰਜਾਬ ਸਰਕਾਰ ਦਾ ਜਿਹੜਾ ਦੋਗਲਾ ਚਿਹਰਾ ਨਾ ਜੀ ਇਹ ਨੰਗਾ ਹੋਣਾ ਚਾਹੀਦਾ। ਇੱਕ ਪਾਸੇ ਜਰਨੈਲ ਸਿੰਘ ਜੁੱਤੀ ਮਾਰੇ ਤੇ ਉਹਨੂੰ ਸਨਮਾਨ ਹੈ, ਉਹਨੂੰ ਨੌਕਰੀ ਦੀ ਪੇਸ਼ਕਸ਼ ਹੈ, ਜੇ ਜੁੱਤੀ ਵਿਕਰਮ ਸੁੱਟਦਾ ਤੇ ਉਹਦੇ ਉੱਤੇ ਇੰਨੇ ਗੰਭੀਰ ਜਿਹੜੇ ਅਪਰਾਧਿਕ ਦੋਸ਼ ਲਾ ਕੇ ਉਹਨੂੰ ਅੰਦਰ ਧੁੰਨ ਦਿੱਤਾ ਗਿਆ ਜੀ। ਜੀ ਬਿਲਕੁਲ ਜੀ, ਬਹੁਤ ਨਾਇਨਸਾਫ਼ੀ ਆ ਜੀ ਤੇ ਸ਼ਰੇਆਮ ਜਿਹੜੀ ਨਜ਼ਰ ਆ ਰਹੀ ਆ, ਤੇ ਪਰ ਸਾਰੇ ਜੀ ਇਹਨਾਂ ਦੀਆਂ ਜੇਬਾਂ ਦੇ ਵਿੱਚ ਨੇ, ਕਿਹੜੇ ਮਨੁੱਖੀ ਅਧਿਕਾਰ ਵਾਲੇ, ਕੀ ਪੁਲਿਸ ਵਾਲੇ ਤੇ ਕੀ ਹੋਰ ਜਿੰਨੇ ਵੀ ਉੱਥੇ ਚੱਲਦੇ ਨੇ, ਆਮ ਲੋਕਾਂ ਨੂੰ ਹੀ ਇਹਨਾਂ ਦੇ ਖਿਲਾਫ਼ ਜਿਹੜਾ ਖੜਾ ਹੋਣਾ ਪਵੇਗਾ। ਸੋ ਜ਼ਰੂਰ ਧਨੌਲੇ ਪਿੰਡ ਵਾਲੇ ਜਾਂ ਉਹਨਾਂ ਦੇ ਨੇੜਲੇ ਇਲਾਕਿਆਂ ਵਾਲੇ ਆਪਣੇ ਜਿਹੜੇ ਪਿੰਡਾਂ 'ਚ ਪਿੱਛੇ ਘਰਾਂ 'ਚ ਕਾਲ ਕਰਕੇ ਉਹਨਾਂ ਨੂੰ ਜ਼ਰੂਰ ਇਸ ਦੇ ਬਾਰੇ ਦੱਸੋ, ਕਿਉਂਕਿ ਉੱਥੇ ਇਸ ਖ਼ਬਰ ਦਾ ਮੈਨੂੰ ਪੂਰੀ ਉਮੀਦ ਆ ਵੀ ਉਹਨਾਂ ਨੇ ਇਹ ਬਾਹਰ ਵੀ ਨਹੀਂ ਨਿਕਲਣ ਦੇਣੀ ਅਤੇ ਨਾ ਕਿਸੇ ਨੂੰ ਪਤਾ ਲੱਗਣਾ। ਸੋ ਤੁਹਾਡੇ ਹੱਥ ਦੇ ਵਿੱਚ ਆ, ਜਿੰਨੇ ਵੀ NRI ਸੁਣ ਰਹੇ ਨੇ ਦੇਸ਼ਾਂ ਵਿਦੇਸ਼ਾਂ 'ਚ, ਵੀ ਉਹਨਾਂ ਸਾਰਿਆਂ ਨੂੰ ਜਾਗਰੂਕ ਕਰੋ। ਅਗਲੇ ਜਿਹੜੇ ਆਪਾਂ ਜੀ ਗੱਲ ਕਰਦੇ ਹਾਂ, ਰੇਲ ਮੰਤਰੀ ਦੇ ਮੁੰਡੇ ਦੇ ਉੱਤੇ ਹੁਣ ਜਿਹੜੇ ਜੀ ਰੇਪ ਦੇ ਕੇਸ ਲੱਗੇ ਆ, ਇਹ ਕਿਹੜਾ ਮੰਤਰੀ ਆ ਅਤੇ ਕੌਣ ਹੈ ਇਹ ਮੁੰਡਾ? ਇਹ ਮੁੰਡੇ ਵਿਗੜਦੇ ਹੀ ਤੁਰੇ ਜਾ ਰਹੇ ਨੇ ਜੀ ਮੰਤਰੀਆਂ ਦੇ। ਜੀ ਜੀ, ਪਹਿਲਾਂ ਆਪਾਂ ਰਾਜਨਾਥ ਸਿੰਘ ਹੋਰਾਂ ਦੇ ਮੁੰਡੇ ਦਾ ਜ਼ਿਕਰ ਕੀਤਾ ਸੀ ਜਿਹੜਾ ਬਦਲੀਆਂ ਦੇ ਪੈਸੇ ਪੂਸੇ ਲਈ ਜਾਂਦਾ, ਇਹ ਮਾਮਲਾ ਅਜੇ ਚੱਲ ਰਿਹਾ ਜੀ। ਤੇ ਹੁਣ ਇੱਕ ਮਾਮਲਾ ਹੋਰ ਸਾਹਮਣੇ ਆ ਗਿਆ ਜੀ, ਰੇਲ ਮੰਤਰੀ ਸਦਾਨੰਦ ਗੌੜਾ ਦਾ ਜਿਹੜਾ ਮੁੰਡਾ ਹੈ ਜੀ, ਉਹਨੇ ਐਕਚੁਲੀ ਇਹਦਾ ਅੰਗੇਜਮੈਂਟ ਹੋਈ, ਅੰਗੇਜਮੈਂਟ ਤੋਂ ਥੋੜੀ ਦੇਰ ਬਾਅਦ ਹੀ ਪੁਲਿਸ ਦੇ ਕੋਲੇ ਇੱਕ ਪਰਚਾ ਜਿਹੜਾ ਸੀ ਉਹ ਦਰਜ ਹੋ ਗਿਆ। ਜੀ ਜੀ, ਜਿਹੜੀ ਇਹ ਕੰਨੜ ਫਿਲਮਾਂ ਦੇ ਵਿੱਚ ਕੰਮ ਕਰਨ ਵਾਲੀ ਮਾਡਲ ਕੁੜੀ ਆ, ਉਹਨੇ ਇਹ ਪਰਚਾ ਦਰਜ ਕਰਾਇਆ। ਉਹਦਾ ਇਹ ਕਹਿਣਾ ਹੈ ਕਿ ਕਾਰਤਿਕ ਗੌੜ ਜਿਹੜਾ ਜੀ ਉਹ ਮੇਰੇ ਨਾਲ ਵਿਆਹ ਹੋਇਆ, ਉਹ ਕਿਸੇ ਹੋਰ ਜਗ੍ਹਾ ਵਿਆਹ ਨਹੀਂ ਕਰਾ ਸਕਦਾ। ਉਹਨੇ ਬਲਾਤਕਾਰ ਤੇ ਧੋਖਾ ਧੜੀ ਦਾ ਜਿਹੜਾ ਕੇਸ ਆ ਜੀ ਉਹ ਦਰਜ ਕਰਵਾ ਦਿੱਤਾ। ਕੇਸ ਦਰਜ ਨਹੀਂ ਸੀ ਹੋਣਾ, ਇਹ ਹੋ ਇਸ ਕਰਕੇ ਗਿਆ ਕਿਉਂਕਿ ਕਰਨਾਟਕਾ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਨਹੀਂ ਤਾਂ ਏਡਾ ਵੱਡਾ ਪਰਚਾ ਜਿਹੜਾ ਉਹ ਦਰਜ ਹੀ ਨਹੀਂ ਸੀ ਹੋਣ ਦੇਣਾ। ਜਿਹੜੇ ਰੇਲ ਮੰਤਰੀ ਸਦਾਨੰਦ ਗੌੜਾ ਨੇ ਉਹ ਕਹਿੰਦੇ ਆ ਪੁਲਿਸ ਨੂੰ ਆਪਣੀ ਕਾਰਵਾਈ ਜਿਹੜੀ ਕਰਨ ਦਿਓ, ਪਰ ਨਾਲ ਦੀ ਨਾਲ ਇਹ ਵੀ ਕਹਿਤਾ ਇਹ ਰਾਜਨੀਤਿਕ ਵਿਰੋਧੀਆਂ ਦੀ ਸਾਜ਼ਿਸ਼ ਹੈ। ਰਾਜਨੀਤਿਕ ਵਿਰੋਧੀਆਂ ਦੀ ਸਾਜ਼ਿਸ਼ ਰਾਜਨਾਥ ਸਿੰਘ ਦੇ ਮੁੰਡੇ ਦੇ ਉੱਤੇ ਵੀ ਆ, ਰਾਜਨੀਤਿਕ ਵਿਰੋਧੀਆਂ ਦੀ ਸਾਜ਼ਿਸ਼ ਜਿਹੜੀ ਆ ਸਦਾਨੰਦ ਗੌੜਾ ਦੇ ਨਾਲ ਵੀ ਹੋ ਗਈ ਜੀ। ਇਹ ਐਕਚੁਅਲੀ ਜਿਹੜੀ ਮੈਂ ਪਿਛਲੇ ਕਈ ਦਿਨਾਂ ਤੋਂ ਗੱਲ ਕਰ ਰਿਹਾ ਨਾ ਜੀ, ਚੰਬਲ ਬਹੁਤ ਗਏ ਨੇ ਬੀਜੇਪੀ ਵਾਲੇ, ਲੋੜ ਤੋਂ ਵੱਧ ਚੰਬਲੇ ਹੋਏ ਨੇ, ਚੰਬਲੇ ਹੋਏ ਹੀ ਇਹ ਸਾਰਾ ਕੁਝ ਜਿਹੜਾ ਜੀ ਉਹ ਭੁੱਲੀ ਜਾ ਰਹੇ ਨੇ। ਲੱਗਦਾ ਹੈ ਕਿ ਜਿਹੜੇ ਬੀਜੇਪੀ ਦੇ ਅੱਛੇ ਦਿਨ ਆਏ ਸੀ ਨਾ, ਲੋਕਾਂ ਦੇ ਨਹੀਂ ਆਏ ਸੀਗੇ, ਇਹ ਬਹੁਤੀ ਦੇਰ ਇਹਨਾਂ ਮੰਤਰੀਆਂ ਸੰਤਰੀਆਂ ਤੇ ਇਹਨਾਂ ਦੇ ਨਿਆਣਿਆਂ ਨੇ ਰਹਿਣ ਨਹੀਂ ਦੇਣੇ ਜੀ। ਜੀ, ਤਾਂ ਮੰਤਰੀਆਂ ਦੀ ਜਿਹੜੀ ਗੱਲ ਕਰ ਲੈਂਦੇ ਹਾਂ, ਇੱਕ ਮਮਤਾ ਬੈਨਰਜੀ ਦੇ ਪਾਰਟੀ ਦਾ ਵਿਧਾਇਕ ਆ, ਉਹਨੂੰ ਕਹਿੰਦੇ ਜੀ ਕੋਈ ਜ਼ਿਆਦਾ ਦੂਰ ਅੰਦੇਸ਼ੀ ਸੁੱਜੀ ਆ ਉਹ, ਜਾਂ ਕਹਿ ਲਓ ਵੀ ਦਿਮਾਗ ਉਹਦਾ ਸਰਕ ਗਿਆ ਆ। ਉਹ ਕਹਿੰਦਾ ਵੀ ਜਦ ਤੱਕ ਦੁਨੀਆ ਹੈ ਬਲਾਤਕਾਰ ਜਿਹੜੇ ਆ ਉਹ ਹੁੰਦੇ ਰਹਿਣਗੇ, ਕੀ ਇਹਨਾਂ ਦੀ ਮਾਨਸਿਕਤਾ ਹੈ ਤੇ ਕੀ ਇਹਨਾਂ ਨੇ ਲੋਕਾਂ ਨੂੰ ਸੇਧ ਦੇਣੀ ਹੈ? ਇਹ ਤਾਂ ਕਿਸੇ ਦੀ ਵੀ ਮਾਨਸਿਕਤਾ ਤੁਸੀਂ ਲੈ ਲਓ, ਉਹਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ ਜੀ, ਇੱਕ ਨੂੰ ਲਕੋ ਲਓ ਦੂਜੇ ਨੂੰ ਕੱਢ ਲਓ, ਜਿਹੜਾ ਨਹੀਂ ਡਿੱਠਾ ਉਹੀ ਮਿੱਠਾ। ਪਿਛਲੇ ਦਿਨੀ ਜਿਹੜੇ ਸਾਡੇ ਇੱਥੋਂ ਦੇ ਜਿਨ੍ਹਾਂ ਦੇ ਕੋਲ ਰੱਖਿਆ ਮੰਤਰਾਲਾ ਵੀ ਹੈ, ਜੇਤਲੀ ਸਾਹਿਬ, ਉਹਨਾਂ ਦਾ ਬਿਆਨ ਆਪਾਂ ਉਦੋਂ ਸਾਂਝਾ ਕੀਤਾ ਸੀ, ਕਹਿੰਦੇ ਇੱਕ ਛੋਟੀ ਜਿਹੀ ਰੇਪ ਵਾਲੀ ਖਬਰ ਸੀ, ਏਡੀ ਵੱਡੀ ਬਣਾ ਕੇ ਪੇਸ਼ ਕਰ ਅਰਬਾਂ ਰੁਪਈਏ ਦਾ ਨੁਕਸਾਨ ਮੁਲਕ ਦਾ ਹੋ ਗਿਆ। ਉਹਨਾਂ ਨੂੰ ਨਾ ਤਾਂ ਕਿਸੇ ਦੀ ਧੀ ਦਾ ਫਿਕਰ ਸੀਗਾ, ਨਾ ਉਹਦੇ ਨਾਲ ਹੋਏ ਗੈਂਗ ਰੇਪ ਦਾ ਫਿਕਰ ਸੀਗਾ। ਇਹ ਦੀਪਕ ਹਲਦਰ ਨੇ, ਵਿਧਾਇਕ ਨੇ ਤ੍ਰਿਣਮੂਲ ਕਾਂਗਰਸ ਦੇ, ਉਹ ਕਹਿੰਦੇ ਜਦੋਂ ਤੱਕ ਦੁਨੀਆ ਰਹੂਗੀ ਉਦੋਂ ਤੱਕ ਰੇਪ ਜਿਹੜੇ ਉਹ ਹੁੰਦੇ ਰਹਿਣਗੇ, ਫਿਰ ਜੇ ਉਹ ਹੁੰਦੇ ਰਹਿਣਗੇ ਤੇ ਪੱਛਮੀ ਬੰਗਾਲ ਦੀ ਜਿਹੜੀ ਗੱਦੀ ਹੈ ਜੀ ਉਹ ਇਹ ਛੱਡ ਦੇਣ, ਜਦੋਂ ਕੰਟਰੋਲ ਹੀ ਨਹੀਂ ਹੋ ਰਿਹਾ ਉਹਨਾਂ ਕੋਲੋਂ, ਫਿਰ ਉਹਦੇ ਉੱਤੇ
ਜੰਮ ਕੇ ਜਿਹੜੇ ਉਹ ਬੈਠੇ ਕਿਉਂ ਹੋਏ ਨੇ ਜੀ। ਤੇ ਇਸ ਕਰਕੇ ਇਹ ਜਿਹੜੇ ਰਾਜਨੀਤਿਕ ਲੋਕ ਨੇ ਨਾ, ਇਹਨਾਂ ਦੇ ਤੇ ਆਮ ਲੋਕ ਜਿਹੜੇ ਨੇ ਉਹ ਕੀੜੇ ਮਕੌੜੇ ਨੇ ਜੀ। ਤੇ ਇਸ ਕਰਕੇ ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਜੀ ਇਹਨਾਂ ਚੀਜ਼ਾਂ ਦਾ। ਉਹ ਤੁਸੀਂ ਜਿੰਨਾ ਮਰਜ਼ੀ ਜਿਹੜੀ ਗੱਲ ਕਰ ਲਓ, ਮੈਂ ਇੱਕ ਦੀ ਗੱਲ ਨਹੀਂ ਕਰ ਰਿਹਾ, ਦੋ ਦੀ ਗੱਲ ਨਹੀਂ ਕਰ ਰਿਹਾ। ਹਾਂ, ਕਿਸੇ ਦੀ ਸੋਚ ਜਿਹੜੀ ਸਾਹਮਣੇ ਆ ਜਾਂਦੀ ਹੈ, ਕਿਸੇ ਦੀ ਨਹੀਂ ਆਉਂਦੀ। ਤੇ ਇਸ ਕਰਕੇ ਬਹੁਤਾ ਫਰਕ ਨਹੀਂ ਹੈਗਾ ਜੀ, ਅਕਲ ਸਾਰਿਆਂ ਦੀ ਇੱਕੋ ਜਿਹੀ ਹੋਈ ਹੈ ਜੀ। ਜੀ, ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇੱਕ ਜਿਹੜੇ ਜੀ ਮੈਂਬਰ ਆ ਕਿਸੇ ਪਾਰਟੀ ਦੇ, ਉਹਨਾਂ ਨੇ ਇਹ ਨਵੀਂ ਗੱਲ ਛੇੜ ਲਈ ਆ ਵੀ ਜਿਹੜੀ ਸਿਆਸਤ ਜਿਹੜੇ ਹੈਗੇ ਸਿਆਸਤਦਾਨ, ਉਹਨਾਂ ਦੀ ਉਮਰ ਦੀ ਜਿਹੜੀ ਆ ਉਹ ਕੋਈ ਸੀਮਾ ਹੋਣੀ ਚਾਹੀਦੀ ਆ, ਉਹ ਉਸ ਤੋਂ ਵੱਧ ਜਿਹੜੇ ਉਹਨਾਂ ਨੂੰ ਨਹੀਂ ਹੋਣਾ ਚਾਹੀਦਾ। ਪਰ ਇਹ ਤਾਂ ਆਲਰੇਡੀ ਇਹ ਸੋਚ ਕੇ ਬੈਠੇ ਆ ਵੀ ਲੋਕਾਂ ਨੂੰ ਅਸੀਂ ਲੁੱਟਣਾ ਆ, ਅਤੇ ਇਹ ਚੀਜ਼ ਕਿੱਦਾਂ ਮੰਨ ਸਕਦੇ ਨੇ ਅੱਗੇ ਜਾ ਕੇ? ਦੇਖੋ, ਬਹਿਸ ਤਾਂ ਬੜੀ ਸੋਲਿਡ ਆ, ਬਹਿਸ ਤਾਂ ਇਹ ਜਿਹੜੀ ਆ ਉਹ ਹੋਣੀ ਚਾਹੀਦੀ ਆ। ਜਦੋਂ ਵਿਦੇਸ਼ਾਂ ਦੇ ਵਿੱਚ ਕਹਿੰਦੇ ਜੀ 80 ਸਾਲ ਦਾ ਜਿਹੜਾ ਬੰਦਾ ਉਹਦੇ ਕੋਲ ਲਾਇਸੈਂਸ ਵੀ ਲੈ ਲੈਂਦੇ ਨੇ ਕਿ ਤੂੰ ਹੁਣ ਗੱਡੀ ਨਹੀਂ ਚਲਾ ਸਕਦਾ, ਇੱਥੇ ਮੁਲਕ ਬਣਾ ਦਿੰਦੇ ਨੇ ਚਲਾਉਣ ਲਈ ਜੀ ਜੀ। ਕਿ ਆਹ ਲੈ ਫਿਰ ਚਲਾਈ ਚੱਲ, ਸੂਬਾ ਚਲਾਈ ਚੱਲ, ਮੁਲਕ ਚਲਾਈ ਚੱਲ। ਜਿਹੜੇ ਬੰਦੇ ਦੀ ਦੇਖੋ ਉਮਰ ਦੇ ਲਿਹਾਜ਼ ਦੇ ਨਾਲ ਫਰਕ ਤਾਂ ਪੈਂਦਾ ਨਾ ਜੀ, ਓਨੀ ਸੋਚਣ ਦੀ ਬੁੱਧੀ ਨਹੀਂ ਹੋ ਸਕਦੀ ਜਿੰਨੀ ਜਿਹੜੀ ਜਵਾਨੀ ਦੇ ਟਾਈਮ ਦੇ ਜਾਂ ਘੱਟ ਉਹਦੇ ਵਿੱਚ ਹੋ ਸਕਦੀ ਹੈ ਜੀ। ਹੁਣ ਇਹ ਕਾਂਗਰਸ ਦੇ ਆਗੂ ਨੇ ਜਨਾਰਦਨ ਦਵੇਦੀ, ਉਹਨਾਂ ਨੇ ਇਸ ਮਾਮਲੇ ਦੇ ਵਿੱਚ ਨਵੀਂ ਬਹਿਸ ਜਿਹੜੀ ਹੈ ਜੀ ਉਹ ਛੇੜੀ ਆ। ਉਹਨਾਂ ਦਾ ਕਹਿਣਾ ਕਿ ਸਿਆਸੀ ਆਗੂਆਂ ਨੂੰ 70 ਸਾਲਾਂ ਦੀ ਉਮਰ ਤੋਂ ਬਾਅਦ ਸਿਆਸਤ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਜੀ। ਜੀ, ਜਿਹੜੇ ਦਵੇਦੀ ਨੇ ਉਹ ਅਗਲੇ ਮਹੀਨੇ ਉਹ 69 ਸਾਲ ਦੇ ਹੋ ਜਾਣਗੇ, 69 ਦੇ ਜੀ। ਤੋ ਉਹਨਾਂ ਨੇ ਕਿਹਾ ਕਿ 65 ਜਾਂ 70 ਸਾਲ ਦੀ ਉਮਰ ਜਿਹੜੀ ਆ ਉਹ ਤੈਅ ਹੋਣੀ ਚਾਹੀਦੀ ਹੈ, ਜਿਹਦੇ ਤੋਂ ਬਾਅਦ ਸਰਗਰਮ ਸਿਆਸਤ ਤੋਂ ਰਹਿਤੇ ਹੋ ਜਾਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਦੇ ਪ੍ਰਧਾਨ, ਦੇਸ਼ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇ ਮਾਮਲੇ ਛੋਟ ਜਿਹੜੀ ਆ ਉਹ ਦਿੱਤੀ ਜਾ ਸਕਦੀ ਹੈ। ਗੱਲ ਤਾਂ ਜਿਹੜੀ ਸਹੀ ਆ, ਫਿਰ ਉੱਥੇ ਵੀ ਵੈਸੇ ਛੋਟ ਜਿਹੜੀ ਉਹ ਕਿਉਂ ਦਿੱਤੀ ਜਾਵੇ? ਜੇ ਕਿਤੇ ਮੈਂ ਸੋਚ ਰਿਹਾ ਸੀ ਇਹ ਤੁਰੰਤ ਫੈਸਲਾ ਜਿਹੜਾ ਲਾਗੂ ਹੋ ਜਾਵੇ ਨਾ ਜੀ, ਪੰਜਾਬੀ ਬਹੁਤ ਖੁਸ਼ ਹੋਣਗੇ। ਬਿਲਕੁਲ ਜੀ, ਬਿਲਕੁਲ ਸਹੀ ਗੱਲ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਪੰਜਾਬ ਦੀ ਸਿਆਸਤ ਨਾਲ ਜੁੜੀ, ਪ੍ਰਤਾਪ ਸਿੰਘ ਬਾਜਵਾ ਹੋਣਾ ਨੇ ਜਿਹੜੇ ਜੀ ਮੁੱਖ ਮੰਤਰੀ ਹੋਣਾ ਨੂੰ ਪੁੱਛਿਆ ਆ ਵੀ ਜਿਹੜਾ ਪਿਛਲੇ ਦਿਨਾਂ 'ਚ ਤੁਸੀਂ NRI ਸੰਮੇਲਨ ਕਰਾਇਆ ਸੀ ਜਿੱਥੇ ਕਹਿੰਦੇ ਜੀ 1 ਕਰੋੜ ਰੁਪਏ ਦਾ ਨਿਵੇਸ਼ ਹੋਣਾ ਆ ਜਾਂ ਕਰਤਾ ਆ, ਉਹ ਇਸ ਟਾਈਮ ਕਿੱਥੇ ਆ? ਸਵਾਲ ਜਿਹੜੇ ਪੁੱਛੇ ਆ, ਕੋਈ ਹੈ ਜੀ ਜਵਾਬ ਉਹਨਾਂ ਕੋਲ? ਨਹੀਂ, ਕੋਈ ਜਵਾਬ ਨਹੀਂ ਹੈ। 5300 ਕਰੋੜ ਰੁਪਏ ਤੋਂ ਉੱਪਰ ਦਾ ਜਿਹੜਾ ਰੌਲਾ ਸੀਗਾ ਉਹ ਪਾਇਆ ਗਿਆ ਸੀਗਾ ਜੀ। ਜੀ, ਇਹ ਕਿਹਾ ਗਿਆ ਸੀਗਾ ਜੀ 5300 ਕਰੋੜ 5325 ਕਰੋੜ ਸੀਗਾ ਜੇ ਮੈਂ ਗਲਤ ਨਹੀਂ ਤਾਂ, ਕਿ ਇੰਨਾ ਜਿਹੜਾ ਜੀ ਇੱਥੇ ਇਨਵੈਸਟਮੈਂਟ ਜਿਹੜੀ ਆ ਉਹ ਹੋਣ ਜਾ ਰਹੀ ਹੈ ਜੀ। 109 ਤੋਂ ਉੱਪਰ ਜਿਹੜੇ ਸੀ MOU ਦੀ ਗੱਲ ਕੀਤੀ ਗਈ ਸੀ ਕਿ ਸਾਈਨ ਹੋ ਗਏ। ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਸਵਾਲ ਖੜੇ ਕੀਤੇ ਨੇ, ਉਹਨਾਂ ਨੇ ਕਿਹਾ ਕਿ 90 MOU ਤਾਂ ਹੈ ਹੀ ਨਹੀਂ ਕਿਤੇ ਵੀ, ਜਿਹੜੇ ਕੁਛ ਲਿਖਤ ਰੂਪ 'ਚ ਹੈਗੇ ਨੇ ਉਹ ਸਿਰਫ MOU ਤੱਕ ਹੀ ਸੀਮਤ ਹੈ। ਸਰਕਾਰ ਨੇ 37 ਲੱਖ ਰੁਪਇਆ ਜਿਹੜਾ ਸੀਗਾ ਜੀ ਉਹ ਖਰਚ ਕਰ ਦਿੱਤਾ ਟੈਕਸ ਪੇਅਰ ਦਾ, ਇਹਦੀ ਇਹ ਜਿਹੜੀ ਇੱਕ ਦਿਨਾਂ ਮੀਟਿੰਗ ਸੀ ਉਹ ਕਰਾਉਣ ਦੇ ਵਾਸਤੇ। 5-star ਹੋਟਲਾਂ ਦੇ ਵਿੱਚ ਇਹਨਾਂ ਨੂੰ ਰੱਖਿਆ ਗਿਆ, ਖਾਣ ਪੀਣ ਦਾ ਇੰਤਜ਼ਾਮ ਕੀਤਾ ਗਿਆ, ਏਅਰ ਫੇਅਰ ਜਿਹੜੇ ਸੀਗੇ ਉਹ ਇਹਨਾਂ ਦੇ ਲਾਏ ਗਏ, ਉਹ ਆਏ 4 ਦਿਨ 2 ਦਿਨ ਜਿਹੜੀ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਪਿਕਨਿਕ ਕਰਕੇ ਚੰਗਾ ਖਾ ਪੀ ਕੇ ਉਹ ਗਏ। ਨਾ ਕਿਸੇ ਨੇ ਕੋਈ ਨਿਵੇਸ਼ ਕੀਤਾ, ਨਾ ਸਰਕਾਰ ਨੇ ਮੁੜ ਕੇ ਜਿਹੜਾ ਜੀ ਦੱਸਿਆ ਕਿ ਕੀ ਇਨਵੈਸਟਮੈਂਟ ਦਾ ਜਿਹੜੀ ਇੱਥੇ ਹੋਣੀ ਸੀਗੀ। ਐਕਚੁਲੀ ਜਿਹੜੀਆਂ ਜਿਹੜੇ ਪ੍ਰੋਜੈਕਟਾਂ ਦੀ ਗੱਲ ਜਿਹੜੀ ਕਰਦੀਆਂ ਨੇ ਨਾ ਸਿਆਸੀ ਪਾਰਟੀਆਂ, ਖਾਸ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਹੋਰੀ, ਉਹ ਤਾਂ ਹੁਣ ਚੁਟਕਲੇ ਜਾਪਣ ਲੱਗੇ ਨੇ ਜੀ। ਉਹ ਚਾਹੇ ਲੁਧਿਆਣੇ ਦੇ ਵਿੱਚ ਚੱਲਣ ਵਾਲੀ ਮੈਟਰੋ ਹੋਵੇ, ਇੱਥੇ ਮੋਹਾਲੀ ਦੇ ਵਿੱਚ ਤੇ ਪਟਿਆਲੇ ਦੇ ਵਿੱਚ 5 ਮੰਜ਼ਿਲਾ AC ਬੱਸ ਸਟੈਂਡ ਵਾਲੀ ਗੱਲ ਹੋਵੇ, ਜਿਹੜੇ ਕਿ ਕਦੀ ਕਿਤੇ ਦਿਸੇ ਹੀ ਨਹੀਂ। ਪਟਿਆਲੇ ਦੇ ਵਿੱਚ ਤਾਂ ਇੱਕ ਇੱਟ ਵੀ ਨਹੀਂ ਲੱਗੀ, ਜਿਹੜਾ ਮੀਂਹ ਪੱਥਰ ਰੱਖਿਆ ਸੀ ਉਹ ਵੀ ਰੋੜੀ ਕੁੱਟਣ ਵਾਲੇ ਪੱਟ ਕੇ ਲੈ ਗਏ ਜੀ। ਜੀ, ਮੋਹਾਲੀ ਦੇ ਵਿੱਚ 3 ਮੰਜ਼ਿਲਾ ਤੱਕ ਬਣਿਆ ਬੱਸ ਸਟੈਂਡ, 3ਜੀ ਮੰਜ਼ਿਲ ਦੀ ਜਿਹੜੀ ਛੱਤ ਸੀ ਉਹ ਡਿੱਗ ਪਈ, ਉਹਨੇ ਥੱਲੇ ਵਾਲੀਆਂ ਵੀ ਤੋੜਤੀਆਂ, ਕਹਾਣੀ ਉੱਥੇ ਖੜੀ ਆ ਜੀ। ਜਿਹੜੀ ਉਹ ਮੈਟਰੋ ਸੀ ਉਹਨੇ ਜਸਵਿੰਦਰ ਭੱਲੇ ਨੇ ਇੱਕ ਵਾਰੀ ਟਿੱਪਣੀ ਕੀਤੀ ਸੀ ਜੀ ਇਹ ਪਾਥੀਆਂ ਤੇ ਨਹੀਂ ਚੱਲਣੀ, ਇਹ ਤਾਂ ਬਿਜਲੀ ਨਾਲ ਚੱਲਣੀ ਹੈ। ਉਹ ਵੀ ਜਿਹੜਾ ਪ੍ਰੋਜੈਕਟ ਸੀਗਾ ਉਹ ਰਹਿ ਗਿਆ। ਇੱਕ ਜਿਹੜੀ ਉਹ ਚੁੰਬਕੀ ਬੱਸ ਜਿਹੜੀ ਚਲਾਉਣੀ ਸੀ ਉਹ ਵੀ ਕਿਤੇ ਉੱਡ ਪੁੱਡ ਗਿਆ ਜੀ ਸਾਰਾ। ਆਈ ਥਿੰਕ ਜਿਹੜੇ ਇਹ ਸਿਆਸੀ ਨੇਤਾ ਏਦਾਂ ਦੀ ਬਿਆਨਬਾਜ਼ੀ ਜਿਹੜੇ ਕਰ ਜਾਂਦੇ ਨੇ ਇਹਨਾਂ ਦੇ ਉੱਤੇ ਕੇਸ ਦਰਜ ਹੋਣੇ ਚਾਹੀਦੇ ਨੇ ਜੀ। ਬਿਲਕੁਲ ਜੀ, ਤਾਂ ਕਿ ਅੱਗੋਂ ਜਿਹੜਾ ਨਾ ਜੀ ਇਹ ਝੂਠ ਨਾ ਬੋਲ ਸਕਣ ਲੋਕਾਂ ਨੂੰ, ਰੱਜ ਕੇ ਝੂਠ ਬੋਲਦੇ ਨੇ, ਰੱਜ ਕੇ ਬੋਲਦੇ ਨੇ, ਲੋਕੀ ਸੁਣੀ ਜਾਂਦੇ ਨੇ, ਵੋਟਾਂ ਪਾਈ ਜਾਂਦੇ ਨੇ ਜਾਂ ਇਹ ਫਿਰ ਧੱਕੇ ਦੇ ਨਾਲ ਆਪ ਵੀ ਪਾਈ ਜਾਂਦੇ ਨੇ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕੁਵੈਤ ਦੇ ਵਿੱਚ ਪੰਜਾਬੀ ਨੌਜਵਾਨਾਂ ਦੀ ਕੁੱਟਮਾਰ ਦੀ ਜਿਹੜੀ ਇਹ ਖਬਰ ਆ ਰਹੀ ਆ, ਕੀ ਹੈਗਾ ਜੀ ਇਸ ਖਬਰ ਦੇ ਪਿੱਛੇ? ਇਹ ਕਿਹਾ ਜਾ ਰਿਹਾ ਜੀ ਕਿ ਕੋਈ ਜਿਹੜੇ ਛੋਟਾ ਮੋਟਾ ਤਕਰਾਰ ਜਿਹੜਾ ਜੀ ਉਹ ਹੋਇਆ ਦੱਸਿਆ ਜਾਂਦਾ ਜੀ। ਜਿਹੜਾ ਇਹ ਕੁਵੈਤ ਦਾ ਸ਼ਹਿਰ ਸਲੀਵੀਆ ਜੀ, ਐਮ ਦੀ ਆ ਕੰਟਰੈਕਟਿੰਗ ਐਂਡ ਟ੍ਰੇਡਿੰਗ ਕੰਪਨੀ ਆ,
ਉਹਦੇ ਵਿੱਚ ਕੰਮ ਕਰਦੇ ਜੀ 700 ਦੇ ਕਰੀਬ ਜਿਹੜੇ ਭਾਰਤੀ ਨੇ, ਬਹੁਤੇ ਪੰਜਾਬੀ ਨੇ, ਉਹਨਾਂ ਦਾ ਭਵਿੱਖ ਜਿਹੜਾ ਇਸ ਵੇਲੇ ਉਹ ਖਤਰੇ ਦੇ ਵਿੱਚ ਪੈ ਗਿਆ, ਕਿਉਂਕਿ ਮੁਸ਼ਕਿਲ ਇਹ ਹੈ ਕਿ ਕੁੱਟਮਾਰ ਤੋਂ ਬਾਅਦ ਸ਼ਾਇਦ ਉਹ ਸੋਚਦੇ ਨੇ ਕਿ ਉਹਨਾਂ ਨੂੰ ਇੱਥੇ ਵਾਪਸ ਜਿਹੜਾ ਜੀ ਉਹ ਭੇਜਿਆ ਜਾ ਸਕਦਾ, ਉਹਨਾਂ ਨੂੰ ਡਿਪੋਰਟ ਜਿਹੜਾ ਜੀ ਉਹ ਕੀਤਾ ਜਾ ਸਕਦਾ ਜੀ, ਬਿਲਕੁਲ, ਤਾਂ ਕਰਕੇ ਉਹਨਾਂ ਦਾ ਭਵਿੱਖ ਜਿਹੜਾ ਜੀ ਉਹ ਖਤਰੇ ਦੇ ਵਿੱਚ ਪੈ ਗਿਆ ਇਸ ਵੇਲੇ ਜੀ। ਅਤੇ ਅਗਲੀ ਜਿਹੜੀ ਜ਼ਰੂਰ ਦੱਸੋ ਵੀ ਜਿਹੜੇ ਦਾਦੂਵਾਲ ਵਾਲੇ ਕੇਸ ਦੇ ਵਿੱਚ ਇਸ ਟਾਈਮ ਕੀ ਅਪਡੇਟ ਹੈਗੀ, ਉਹਨਾਂ ਦਾ ਕੋਈ ਬਿਆਨ ਆਇਆ ਵੀ ਮੈਨੂੰ ਫਾਂਸੀ ਦੇ ਦਿਓ ਜੇ ਇੰਨਾ ਹੀ ਤੰਗ ਕਰਨਾ ਹੈ ਤਾਂ? ਉਹਨਾਂ ਨੂੰ ਜਿਹੜਾ ਜੀ ਪੇਸ਼ ਕੀਤਾ ਗਿਆ ਕੱਲ, ਪੁਲਿਸ ਨੇ ਜਿਹੜਾ ਜੀ ਕਾਫੀ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਜੀ ਇੱਕ ਰੋਜ਼ਾ ਪੁਲਿਸ ਰਿਮਾਂਡ ਦੇ ਮਗਰੋਂ ਭੀਖੀ ਪੁਲਿਸ ਦੇ ਹਵਾਲੇ ਜਿਹੜਾ ਜੀ ਕਰਤਾ। ਪੁਲਿਸ ਨੇ 35 ਸਮਰਥਕ ਜਿਹੜੇ ਫੜ ਲਏ ਸੀ, ਉਹਨਾਂ ਦੇ ਬਾਅਦ ਦੇ ਵਿੱਚ ਉਹਨਾਂ ਨੂੰ ਛੱਡ ਦਿੱਤਾ ਗਿਆ ਜੀ। ਦਾਦੂਵਾਲ ਨੇ ਇਹ ਕਿਹਾ ਜੀ ਕਿ ਪੰਜਾਬ ਸਰਕਾਰ ਦੀ ਇਹ ਬਦਲਾ ਲਊ ਨੀਤੀ ਹੈ, ਇਹ ਸਭ ਕੁਛ ਹਰਿਆਣੇ ਦੇ ਵਿੱਚ ਵੱਖਰੀ ਕਮੇਟੀ ਬਣਨ ਕਰਕੇ ਜਿਹੜਾ ਜੀ ਕੀਤਾ ਜਾ ਰਿਹਾ। ਉਹਨੇ ਕਿਹਾ ਕਿ 20 ਸਾਲ ਦੇ ਭੀਖੀ ਮਾਮਲੇ ਦੇ ਵਿੱਚ ਜਿਹੜਾ ਉਹਨਾਂ ਦਾ ਨਾਂ ਜੋੜਿਆ ਜਾ ਰਿਹਾ, ਉਹਦੇ ਵਿੱਚ ਕੋਈ ਸੱਚਾਈ ਨਹੀਂ ਹੈ, ਕਿਉਂਕਿ ਉਸ ਦਿਨ ਉੱਥੇ ਮੌਜੂਦ ਨਹੀਂ ਸੀਗੇ ਜੀ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਜਿਹੜੀ ਆ ਉਹਨਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਜੇਲ੍ਹ ਦੇ ਵਿੱਚ ਡੱਕ ਕੇ ਰੱਖਣਾ ਚਾਹੁੰਦੀ ਆ, ਤਾਂ ਕਿ ਹਰਿਆਣੇ ਦੇ ਵਿੱਚ ਬਣੀ ਜਿਹੜੀ ਵੱਖਰੀ ਕਮੇਟੀ ਆ ਉਸ ਮਾਮਲੇ ਦੇ ਉੱਤੇ ਪ੍ਰੈਸ਼ਰਾਈਜ਼ ਕਰਕੇ ਡਰਾਇਆ ਜਾ ਸਕੇ ਜੀ। ਜੀ ਜੀ, ਤਾਂ ਸਰੋਤੇ ਇਹ ਸੀਗੀਆਂ ਅੱਜ ਦੀਆਂ ਕੁਛ ਚੋਣਵੀਆਂ ਖਬਰਾਂ, ਕੁਛ ਮੁੱਖ ਖਬਰਾਂ, ਉਹਨਾਂ ਦੀ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਕੀਤੀ ਆ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅਰਜ਼ਨਾਮਾ ਕਿ ਚਿਰਾਂ ਬਾਅਦ ਮੁਸ਼ਰਫ ਹੁਣ ਚੁੱਪ ਤੋੜੀ ਦਿੱਤਾ ਭਾਰਤ ਦੇ ਬਾਰੇ ਬਿਆਨ ਵੀ ਆ ਜੀ। ਚਿਰਾਂ ਬਾਅਦ ਮੁਸ਼ਰਫ ਹੁਣ ਚੁੱਪ ਤੋੜੀ ਦਿੱਤਾ ਭਾਰਤ ਦੇ ਬਾਰੇ ਬਿਆਨ ਵੀ ਆ, ਸਿੱਧਾ ਮੋਦੀ ਨਰਿੰਦਰ ਵੱਲ ਦਾਗ ਗੋਲਾ ਲਿਆ, ਲੋਕਾਂ ਦਾ ਖਿੱਚ ਧਿਆਨ ਵੀ ਆ ਜੀ। ਆਖੇ ਪਾਕ ਨੂੰ ਨਹੀਂ ਕਮਜ਼ੋਰ ਸਮਝੋ, ਜੇਕਰ ਲੜੇ ਤਾਂ ਹੋਊ ਘਮਸਾਨ ਵੀ ਆ, ਐਟਮ ਬੰਬ ਵੀ ਪਿਆ ਹੈ ਕੋਲ ਸਾਡੇ, ਕਾਫੀ ਏਦਾਂ ਦਾ ਹੋਰ ਸਮਾਨ ਵੀ ਆ ਜੀ। ਜਿਹਦੀ ਟਕੇ ਦੀ ਪੁੱਛ ਨਾ ਦੇਸ਼ ਅੰਦਰ, ਲੱਗਾ ਹਿੰਦ ਨੂੰ ਉੱਠ ਡਰਾਉਣ ਵੀ ਆ। ਜਿਹਦੀ ਟਕੇ ਦੀ ਪੁੱਛ ਨਾ ਦੇਸ਼ ਅੰਦਰ, ਲੱਗਾ ਹਿੰਦ ਨੂੰ ਉੱਠ ਡਰਾਉਣ ਵੀ ਆ, ਅੱਗੇ ਰਾਜ ਸੀ ਆ ਗਿਆ ਹੱਥ ਉਹਦੇ, ਲੱਗਾ ਦੂਸਰੀ ਵਾਰ ਨਾ ਆਉਣ ਵੀ ਆ ਜੀ। ਜੀ ਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਜਿਹੜੇ ਜੀ ਗੱਲਬਾਤ ਕੀਤੀ ਆ, ਖਬਰਾਂ ਦੇ ਬਾਰੇ ਜਿਹੜਾ ਜੀ ਸਾਨੂੰ ਜਾਣਕਾਰੀ ਦਿੱਤੀ ਆ। ਕੱਲ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਧੰਨਵਾਦ ਜੀ, ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ। ਸੋਤੇ ਸੁਣ ਰਹੇ ਸੀ ਜੀ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ, ਇੱਥੇ ਹੀ ਜਿਹੜਾ ਅੱਜ ਦਾ ਪ੍ਰੋਗਰਾਮ ਸਮਾਪਤ ਹੁੰਦਾ ਆ। ਕੱਲ ਨੂੰ ਆਪ ਸਭ ਨੂੰ ਇੱਕ ਵਾਰੀ ਫੇਰ ਇਸ ਪ੍ਰੋਗਰਾਮ 'ਚ ਮਿਲਾਂਗੇ, ਉਦੋਂ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂ।